ज्ञान ध्यान किस कर्म न जाना सार न जाना तेरी सब ते बड़ा सतगुरु नानक जिन कल राखी कन्ने ए राम दे एवें नहीं आउंदे साधु 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 कले हुए राम दे ऐनी आंदे साधु कले हुए राम दे ओए ऐनी आंदे साधु कले हुए राम दे ऐनी आंदे साधु कले हुए राम दे ऐनी आंदे साधु साधु भले होए राम दे ऐवें नहीं आउंदे साधु 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 ਐਵੇਂ ਨਹੀਂ ਆਉਂਦੇ ਸਾਧੂ 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 ਕੱਲੇ ਹੋਏ ਰਾਮ ਦੇ 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 ਐਵੇਂ ਨਹੀਂ ਆਉਂਦੇ ਸਾਧੂ ਪਾਗ ਚੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਨ ਗਣੀ ਸਹੀ ਆਏ ਸਫਲ ਤਨਾ ਕੇ ਕਾਮ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਕੇਸਾਂ ਕਾਕਰ ਚਮਰ ਟੁਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੁਹ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਾਸੋਂ ਲੈਣ ਮਿਲਾਏ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ ਟੁੱਟੀਆਂ ਰੱਬ ਨਾਲ ਜੋੜ ਦੇ ਟੁੱਟੀਆਂ ਰੂਹਾਨੂੰ ਸਾਧੂ ਰੱਬ ਨਾਲ ਜੋੜ ਦੇ ਟੁੱਟੀਆਂ ਰੂਹਾਨੂੰ ਸਾਧੂ ਰੱਬ ਨਾਲ ਜੋੜ ਦੇ ਟੁੱਟੀਆਂ ਰੂਹਾਨੂੰ ਸਾਧੂ ਰੱਬ ਨਾਲ ਜੋੜ ਦੇ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜ ਦੇ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜ ਦੇ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ
ਰੱਬ ਨਾਲ ਜੋੜ ਦੇ, 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 ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ, ਸੱਚਾ ਅੰਮ੍ਰਿਤ ਸੱਚੀ ਪਾਤਸ਼ਾਹੀ ਸੱਚੇ ਸ੍ਰੀ ਦਾਤੇ, ਸੱਚਾ ਸੁਖ ਸੱਚੀ ਵਡਿਆਈ ਜਿਸੇ ਸੇ ਦਿਨ ਜਾਤੇ, ਪੱਖਾਂ ਫੇਰੀ ਪਾਣੀ ਧੋਵਾ ਹਰ ਦਿਨ ਕੱਤੀ ਚੁਣਤੀ ਕਰਾਵਾ, ਨਾਨਕੀ ਪ੍ਰਭ ਪਾਸ ਬੰਦੀ ਤੇ ਜਾਣ ਤੇ ਗਣ ਪਾਵਾ, ਪਰਮ ਸਤਿਕਾਰ ਯੋਗ ਯੁਗੋ ਯੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਅਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ, ਜਿੱਥੇ ਆਪ ਜੀ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪੁੱਜੇ ਹੋ, ਉੱਥੇ ਮਹਾਨ ਤਪਸਵੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ, ਗੁਰੂ ਕੀ ਸੰਗਤ ਪੂਰਨ ਤਿਆਗੀ, ਰਾਜ ਮੈਂ ਰਾਜ, ਯੋਗ ਮੈਂ ਯੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਗੱਲ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਦੇ ਹਾਂ, ਸਦੀਆਂ ਸੇ ਰੋਤੀ ਹੈ ਨਰਗਿਸ ਆਪਣੀ ਬੈਨੂਰੀ ਪੇ, ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇ ਦਿਦਾਵਰ। ਬਹੁਤੇ ਲੋਕ ਤੁਸੀਂ ਪਿੰਡਾਂ ਤੋਂ ਵੀ ਆਏ ਹੋ, ਸ਼ਹਿਰਾਂ ਤੋਂ ਵੀ ਆਏ ਹੋ, ਅਸੀਂ ਵੋਟਾਂ ਪਾ ਕੇ ਮੈਂਬਰ ਬਣਾ ਸਕਦੇ ਹਾਂ, ਸਰਪੰਚ ਬਣਾ ਸਕਦੇ ਹਾਂ, ਮਾਫ ਕਰਨਾ ਗੁਰੂ ਕੀ ਸੰਗਤ ਸ਼ਹਿਰਾਂ ਦੇ ਵਿੱਚ MC ਬਣਾ ਸਕਦੇ ਹਾਂ, ਚੇਅਰਮੈਨ ਬਣਾ ਸਕਦੇ ਹਾਂ, ਅਸੀਂ ਵੋਟਾਂ ਪਾ ਕੇ MLA ਵੀ ਬਣਾ ਸਕਦੇ ਹਾਂ, ਅਸੀਂ ਵੋਟਾਂ ਪਾ ਕੇ ਮੁੱਕਰੀ ਗੱਲ ਕਿ ਪ੍ਰਾਈਮ ਮਿਨਿਸਟਰ ਵੀ ਬਣਾ ਸਕਦੇ ਹਾਂ, ਵੋਟਾਂ ਨਾਲ ਅਸੀਂ ਸਰਕਾਰਾਂ ਬਦਲ ਸਕਦੇ ਹਾਂ, ਸਰਕਾਰਾਂ ਬਣਾ ਵੀ ਸਕਦੇ ਹਾਂ, ਪਰ ਸਾਰੀ ਦੁਨੀਆ ਮਿਲ ਕੇ ਨਾ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਰਗੇ ਮਹਾਂਪੁਰਖਾਂ ਦਾ ਵਰਗਾ ਇੱਕ ਮਹਾਂਪੁਰਖ ਨਹੀਂ ਪੈਦਾ ਕਰ ਸਕਦੀ ਖਾਲਸਾ ਜੀ। ਐਵੇਂ ਨਹੀਂ ਫਰੀਦ ਪੁਕਾਰ ਪੈ ਗਈ, ਐਵੇਂ ਨਹੀਂ ਫਰੀਦ ਪੁਕਾਰ ਪੈ ਗਈ, ਫਰੀਦ ਰੱਬ ਪੁਕਾਰਦਾ ਏ। ਜਿਵੇਂ ਫਰੀਦ ਨੂੰ ਯਾਦ ਕੀਤਾ, ਉਵੇਂ ਫਰੀਦ ਵੀ ਰੱਬ ਨੂੰ ਆਵਾਜ਼ਾਂ ਮਾਰਦਾ ਹੈ। ਜਿਵੇਂ ਫਰੀਦ ਨੇ ਰੱਬ ਨੂੰ ਯਾਦ ਕੀਤਾ, ਉਵੇਂ ਰੱਬ ਵੀ ਫਰੀਦ ਨੂੰ ਆਵਾਜ਼ਾਂ ਮਾਰਦਾ ਏ।
ਔਰ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ ਕੌਣ ਸੱਚੇ ਪਰਵਦਗਾਰ ਦਾ ਹੈ। ਆਹ ਦਵਾਨੀਆਂ ਯਾਰ ਦੀ ਦੀਦ ਬਦਲੇ ਰੱਬ ਮਾਫ ਕਰਨਾ ਗੁਰੂ ਕੀ ਸੰਗਤ ਆਹ ਦੀਵਾਨੀਆਂ ਯਾਰ ਦੀ ਦੀਦ ਬਦਲੇ ਰੱਬ ਬੰਦਿਆਂ ਦਾ ਰੂਪ ਧਾਰਦਾ ਹੈ। ਮਹਾਨ ਤਪੱਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਜਿਹਨਾਂ ਦੀ ਤੁਸੀਂ ਪਾਵਣ ਪੁੱਤਰ ਯਾਦ ਮਨਾ ਰਹੇ ਹੋ, ਬਰਸੀ ਤਾਂ ਅਸੀਂ ਕਹਿ ਦਿੰਦੇ ਵੀ ਇੱਕ ਸਾਲ ਹੋ ਗਿਆ ਅਤੇ ਦੋ ਸਾਲ ਹੋ ਗਿਆ, ਤਿੰਨ ਸਾਲ ਹੋ ਗਿਆ, ਪਰ ਗੁਰੂ ਕੀ ਸੰਗਤ ਯਾਦਾਂ ਮਹਾਂਪੁਰਖਾਂ ਦੀਆਂ ਮਨਾਈਆਂ ਯਾਦਾਂ ਮਨਾਈਆਂ ਜਾਂਦੀਆਂ ਨੇ। ਮਾਫ ਕਰਨਾ ਗੁਰੂ ਕੀ ਸੰਗਤ, ਹੁਣ ਸਵਾਲ ਇਸ ਗੱਲ ਦਾ ਪੈਦਾ ਹੁੰਦਾ ਕਿ ਮਹਾਂਪੁਰਖਾਂ ਦੀਆਂ ਯਾਦਾਂ ਕਿਉਂ ਮਨਾਈਆਂ ਜਾਂਦੀਆਂ ਨੇ। ਸਾਡਾ ਪਿਓ ਚੜ੍ਹਾਈ ਕਰਜੇ, ਅਖੰਡ ਪਾਠ ਦਾ ਭੋਗ ਪਾ ਦੇਵਾਂਗੇ ਇੱਕ ਵਾਰੀ, ਦੂਜੇ ਸਾਲ ਅਸੀਂ ਵਰੀਣੇ ਦਾ ਪਾਠ ਕਰਵਾ ਦੇਵਾਂਗੇ। ਕੋਈ ਵਿਰਲਾ ਹੀ ਹੋਊਗਾ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਬਜ਼ੁਰਗਾਂ ਦੇ ਜਾਣ ਵਾਲਾ ਦਿਨ ਮਨਾਉਂਦਾ ਹੋਵੇਗਾ, ਪਰ ਗੁਰੂ ਕੀ ਸੰਗਤ ਮਹਾਂਪੁਰਖਾਂ ਦੀਆਂ ਯਾਦਾਂ ਕਿਉਂ ਮਨਾਈਆਂ ਜਾਂਦੀਆਂ ਨੇ? ਮਹਾਂਪੁਰਖਾਂ ਨੇ ਰੱਬ ਨੂੰ ਯਾਦ ਕੀਤਾ, ਰੱਬ ਨੂੰ ਉਹਨਾਂ ਰੱਬ ਨੂੰ ਯਾਦ ਕੀਤਾ ਕਿਉਂ? ਰੱਬ ਨੇ ਸਦਾ ਰਹਿਣਾ, ਸਾਧੂਆਂ ਨੇ ਸਦਾ ਰਹਿਣਾ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਪਾਤਸ਼ਾਹ ਨੇ ਫੈਸਲੇ ਦਿੱਤੇ ਨੇ, ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹ ਰਹਿਣਗੇ, ਸਾਧੂ ਹਮੇਸ਼ਾ ਰਹਿਣਗੇ। ਸੰਤ ਬਾਬਾ ਅਜੀਤ ਸਿੰਘ ਜੀ ਹੋਰੀ, ਮਾਫ ਕਰਨਾ ਗੁਰੂ ਕੀ ਸੰਗਤ, ਸਾਧੂ ਦਾ ਸਰੀਰ ਸਾਧੂ ਨਹੀਂ ਹੈ, ਉਹ ਤਾਂ ਇੱਕ ਰੱਬੀ ਜੋਸ਼ ਸੀ, ਸੰਸਾਰ ਦਾ ਭਲਾ ਕਰਦੀ ਰਹੀ। ਮਾਫ ਕਰਨਾ ਗੁਰੂ ਕੀ ਸੰਗਤ, ਜਦੋਂ ਕਿਸੇ ਦੇ ਚੰਗੇ ਕਰਮ ਹੁੰਦੇ ਨੇ ਉਹਨੂੰ ਸਾਧੂਆਂ ਦੀ ਸੰਗਤ ਮਿਲਦੀ ਹੈ। ਕਹੋ ਨਾਨਕ ਇਹ ਮੇਰਾ ਭਲਾ ਕਰਮ, ਸਾਰੇ ਪੜ੍ਹੋ, ਕਹੋ ਨਾਨਕ ਮੇਰਾ ਭਲਾ ਕਰਮ ਤੋਂ ਭੇਟੇ ਸਾਧੂ ਕੇ ਚਰਨ। ਜਦੋਂ ਕਿਸੇ ਦੇ ਚੰਗੇ ਕਰਮ ਜਾਗਦੇ ਨੇ ਤਾਂ ਜਾ ਕੇ ਸਤਿਪੁਰਸ਼ਾਂ ਦੀ ਸੰਗਤ ਮਿਲਦੀ ਹੈ। ਮਾਫ ਕਰਨਾ ਗੁਰੂ ਕੀ ਸੰਗਤ, ਜਦੋਂ ਕਰਮ ਚੰਗੇ ਹੁੰਦੇ ਨੇ ਉਦੋਂ ਸਤਿਪੁਰਸ਼ਾਂ ਦੀ ਸੰਗਤ ਮਿਲਦੀ ਹੈ, ਅਤੇ ਜਦੋਂ ਕਰਮ ਕੋਈ ਮਾੜੇ ਆ ਜਾਂਦੇ ਨੇ ਤਾਂ ਮਹਾਂਪੁਰਖ ਉਦੋਂ ਸਾਥ ਛੱਡ ਕੇ ਚਲੇ ਜਾਂਦੇ ਨੇ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਸੂਰਜ ਕਹਿੰਦੇ ਨੇ ਸਦਾ ਆਕਾਸ਼ 'ਚ ਹੀ ਰਹਿੰਦਾ, ਅਸੀਂ ਕਹਿੰਦੇ ਜੀ ਸੂਰਜ ਡੁੱਬ ਗਿਆ, ਸੂਰਜ ਮਰਿਆ ਨਹੀਂ, ਕੋਈ ਕਹਿੰਦਾ ਸੂਰਜ ਮਰ ਗਿਆ। ਇੱਥੋਂ ਫੋਨ ਕਰਕੇ ਵੇਖੋ ਤੁਸੀਂ, ਕੈਨੇਡਾ ਵਿੱਚ, ਅਮਰੀਕਾ 'ਚ ਦੇਖੋ। ਮਾਫ ਕਰਨਾ ਗੁਰੂ ਕੀ ਸਿੰਘ, ਹੁਣ 8 ਵਜੇ ਨੇ ਕੈਲੀਫੋਰਨੀਆ ਅਮਰੀਕਾ ਦੇ ਵਿੱਚ, ਸੂਰਜ ਉੱਥੇ ਨਿਕਲਿਆ ਹੋਇਆ। ਜਿਵੇਂ ਸੂਰਜ ਆਕਾਸ਼ ਦੇ ਵਿੱਚ ਘੁੰਮਦਾ ਰਹਿੰਦਾ ਨਾ, ਇਵੇਂ ਸਤਿਪੁਰਸ਼ ਸਾਰੀ ਦੁਨੀਆ 'ਚ ਘੁੰਮਦੇ ਰਹਿੰਦੇ ਨੇ, ਵਿਚਰਦੇ ਰਹਿੰਦੇ ਨੇ। ਭਾਵਨਾਵਾਂ ਮਹਾਂਪੁਰਖਾਂ ਦੇ ਹੁੰਦੇ ਵੀ ਪੂਰੀਆਂ ਹੁੰਦੀਆਂ ਸਨ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦੇ ਵਾਹਿਗੁਰੂ। ਭਾਵਨਾ ਅੱਗੇ ਵੀ ਪੂਰੀਆਂ ਹੁੰਦੀਆਂ ਸਨ, ਭਾਵਨਾ ਹੁਣ ਵੀ ਪੂਰੀਆਂ ਹੁੰਦੀਆਂ ਨੇ। ਮਾਫ ਕਰਨਾ ਗੁਰੂ ਕੀ ਸੰਗਤ, ਪਾਤਸ਼ਾਹ ਕਹਿੰਦੇ ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਰਾਜਿਆਂ ਦੀ ਸ਼ਕਤੀ, ਬਾਦਸ਼ਾਹਾਂ ਦੀ ਸ਼ਕਤੀ, ਮਹਾਰਾਜਿਆਂ ਦੀ ਸ਼ਕਤੀ, ਉਹਦੇ ਜਿਉਂਦੇ ਜੀ ਉਹਨਾਂ ਉਹਦੇ ਅੱਖਾਂ ਖੁੱਲ੍ਹਣ ਤੱਕ, ਮਾਫ ਕਰਨਾ ਉਹਨਾਂ ਦੇ ਕੋਲ ਰਹਿੰਦੀ, ਅੱਖਾਂ ਬੰਦ ਹੋ ਗਈਆਂ ਅਤੇ ਸ਼ਕਤੀ ਚਲੀ ਗਈ। ਪਰ ਇਹ ਸਾਧੂ ਨੇ ਮੁੱਕਰੀ ਗੱਲ ਕੀ ਗੁਰੂ ਕੀ ਸੰਗਤ, ਜਿਨ੍ਹਾਂ ਦੀ ਸ਼ਕਤੀ ਮਾਫ ਕਰਨਾ। ਇੱਥੇ ਵੀ ਰੋਜ਼ ਅਰਦਾਸ ਕਰਦੇ ਹਾਂ, ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦਾ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ। ਜੇ ਕੋਈ ਮਰ ਜਾਏ ਉਹਨੂੰ ਕੋਈ ਯਾਦ ਕਰਦਾ? ਤੁਸੀਂ ਬੋਲਦੇ ਕਿਉਂ ਨਹੀਂ? ਕੋਈ ਮਰਿਆ ਨੂੰ ਯਾਦ ਕਰਦਾ? ਮਰਿਆ ਨੂੰ ਕੋਈ ਯਾਦ ਨਹੀਂ ਕਰਦਾ। ਮਾਫ ਕਰਨਾ ਗੁਰੂ ਕੀ ਸੰਗਤ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਗੁਰੂ ਅੰਗਦ ਅਮਰਦਾਸ ਰਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਤੇਗ ਬਹਾਦਰ ਸਿਮਰੀਏ ਕਰਨਾ ਉਹਨਾਂ ਦੇ ਆਵੈ ਧਾਏ, ਸਭ ਥਾਏ ਹੋਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਏ ਹੋਏ ਸਹਾਏ। ਮੁੱਕਰੀ ਗੱਲ ਕੀ ਗੁਰੂ ਕੀ ਸੰਗਤ, ਮੇਰੇ ਪਾਤਸ਼ਾਹ ਕਹਿੰਦੇ ਜਨਮ ਮਰਨ ਦੂਹ ਮੈਂ ਨਾਹੀਂ। ਇੱਕ ਵਾਰੀ ਕਹਿ ਦੇ ਵਾਹਿਗੁਰੂ,
ਜਨਮ ਮਰਨ ਦੂਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਤੇ ਮਹਾਂਪੁਰਖਾਂ ਦੇ ਪਰਉਪਕਾਰਾਂ ਦੇ ਬਾਰੇ ਤੁਸੀਂ ਜਾਣਦੇ ਹੀ ਹੋ। ਉਹ ਕੋਈ ਅਸੀਂ ਕਹਿ ਦਿੰਦੇ ਮਾਫ ਕਰ ਰਹੇ ਗੁਰੂ ਕੀ ਸੰਗਤ, ਮਹਾਂਪੁਰਖਾਂ ਨੇ ਸਕੂਲ ਬਣਾਏ, ਮਹਾਂਪੁਰਖਾਂ ਨੇ ਕਾਲਜ ਬਣਾਏ, ਮਹਾਂਪੁਰਖਾਂ ਦੇ ਆਪਣੇ ਬੱਚੇ ਤਾਂ ਨਹੀਂ ਸਨ ਪੜ੍ਹਨੇ, ਇੱਕ ਵਾਰੀ ਕਹਿ ਦੇ ਵਾਹਿਗੁਰੂ। ਬਾਣੀ 'ਚ ਫੈਸਲਾ ਦਿੱਤਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ। ਇੰਨੀ ਨਮਰਤਾ ਦੇ ਵਿੱਚ ਸੰਤ ਬਾਬਾ ਅਜੀਤ ਸਿੰਘ ਰਹੇ ਨੇ। ਗੁਰੂ ਕੀ ਸੰਗਤ ਦਾ ਧਿਆਨ ਦੇਣਾ ਪਵੇਗਾ ਕਿ ਬੜੇ ਬੜੇ ਪਰਉਪਕਾਰ ਦੇ ਕੰਮ ਕੀਤੇ। ਬ੍ਰਹਮ ਗਿਆਨੀ ਨਿਸ਼ਾਨੀ ਕੀ ਹੈ? ਜੇ ਮੰਦਰਾਂ 'ਚ ਗਏ ਤਾਂ ਉੱਥੇ ਪੈਸੇ ਦਾਨ ਕਰ ਦਿੱਤੇ, ਜੇ ਉਹ ਕਿਤੇ ਗੁਰਦੁਆਰਾ ਗੁਰੂ ਘਰਾਂ 'ਚ ਗਏ ਤਾਂ ਉੱਥੇ ਪੈਸੇ ਦਾਨ ਕਰਤੇ, ਜੇ ਹਸਪਤਾਲਾਂ 'ਚ ਗਏ ਤਾਂ ਉੱਥੇ ਵੀ ਪੈਸੇ ਦਾਨ ਕਰਤੇ। ਮਾਫ ਕਰਨਾ ਗੁਰੂ ਕੀ ਸੰਗਤ ਦਾਨ ਕਿੱਥੋਂ ਕੀਤੇ, ਕਿੱਥੋਂ ਦਾਨ ਕੀਤੇ? ਸੰਤ ਮਹਾਰਾਜ ਸੰਤ ਬਾਬਾ ਈਸ਼ਵਰ ਸਿੰਘ ਰਾੜੇ ਵਾਲੇ ਕਿਹਾ ਕਰਦੇ ਸਨ, ਕਹਿੰਦੇ ਸੰਤ ਹੋ ਕੇ ਮਾਇਆ ਦੇ ਪਿੱਛੇ ਫਿਰੇ, ਮਾਜਾ ਤੇ ਤਾਦਾ ਮਾਇਆ ਸੰਤ ਦੇ ਪਿੱਛੇ ਫਿਰੇ। ਬਾਬਾ ਜੀ, ਬਾਬਾ ਜੀ ਅਜੀਤ ਸਿੰਘ ਹੰਸਾਲੀ ਵਾਲੇ, ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਵਿੱਚ ਫਿਰਦੀਆਂ ਸਨ। ਚਰਨਾਂ ਦੇ ਵਿੱਚ ਮੁੱਕਰੀ ਗੱਲ ਕੀ, ਗੁਰੂ ਕੀ ਸੰਗਤ ਦਾਸ ਅਰਜ਼ ਕਰ ਰਿਹਾ, ਅੱਜ ਅਸੀਂ ਉਹਨੂੰ ਯਾਦ ਕਰਦੇ ਹਾਂ। ਪਾਤਸ਼ਾਹ ਕਹਿੰਦੇ ਨਾਮ ਰਹੋ ਸਾਧੂ ਰਹੋ ਰਹੋ, ਗੁਰਗੋਬਿੰਦ ਹੀ ਰਹਿਣੇ ਨੇ, ਬਾਕੀ ਦਾ ਸਤਨਾਮ ਵਾਹਿਗੁਰੂ ਹੀ ਹੈ। ਵੀ ਨਾਮ ਰਹੇਗਾ ਰਹਿਣਗੇ ਸਾਧੂ ਤੇ ਬਾਕੀ ਹੋਰ ਝੂਠੀ ਦੁਨੀਆ, ਰਹੇਗਾ ਰਹਿਣਗੇ ਬਾਕੀ ਹੋਰ ਝੂਠੀ। ਨਾਮ ਰਹੇਗਾ ਰਹਿਣਗੇ ਸਾਧੂ ਬਾਕੀ ਹੋਰ ਝੂਠੀ ਦੁਨੀਆ। ਬਾਕੀ ਹੋਰ ਝੂਠੀ ਦੁਨੀਆ ਸੰਗਤੇ, ਬਾਕੀ ਹੋਰ ਝੂਠੀ ਦੁਨੀਆ, ਬਾਕੀ ਹੋਰ ਝੂਠੀ ਦੁਨੀਆ, ਵਾ 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 ਬਾਕੀ ਹੋਰ ਝੂਠੀ ਦੁਨੀਆ, ਬਾਕੀ ਹੋਰ ਝੂਠੀ ਦੁਨੀਆ, ਵਾ 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 ਬਾਕੀ ਹੋਰ ਝੂਠੀ ਦੁਨੀਆ, ਵਾ 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 ਬਾਕੀ ਹੋਰ ਝੂਠੀ ਦੁਨੀਆ, ਵਾ 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 ਰਹਿਣ ਗੇ ਸਾਧੂ ਨਾ।
ਨਾਮ ਰਹਿਦਾ ਰਹਿਣਗੇ ਸਾਧੂ, ਰਹਿਦਾ ਰਹਿਣਗੇ ਸਾਧੂ, ਨਾਮ ਰਹਿਦਾ ਰਹਿਣਗੇ ਸਾਧੂ, ਹੋ ਰਹਿਦਾ ਰਹਿਣਗੇ ਸਾਧੂ, ਨਾਮ ਰਹਿਦਾ ਰਹਿਣਗੇ ਸਾਧੂ, ਰਹਿਦਾ ਰਹਿਣਗੇ ਸਾਧੂ, ਨਾਮ ਰਹਿਦਾ ਰਹਿਣਗੇ ਸਾਧੂ, ਰਹਿਦਾ ਰਹਿਣਗੇ ਸਾਧੂ। ਬਾਕੀ ਹੋਰ ਝੂਠੀ ਦੁਨੀਆ ਰਹਿਦਾ ਰਹਿਣਗੇ ਸਾਧੂ, ਬਾਕੀ ਹੋਰ ਝੂਠੀ ਦੁਨੀਆ ਰਹਿਦਾ ਰਹਿਣਗੇ ਸਾਧੂ, ਬਾਕੀ ਹੋਰ ਝੂਠੀ ਦੁਨੀਆ ਕਈ ਕਹਿੰਦੇ ਨੇ ਜੀ ਸੰਤ ਸ਼ਬਦ ਗੁਰੂ ਵਾਸਤੇ ਵਰਤਿਆ। ਨੌਵੇਂ ਪਾਤਸ਼ਾਹ ਦੇ ਸਲੋਕ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਨਾਮ ਰਹਿਓ ਇੱਕ ਚੀਜ਼, ਸਾਧੂ ਰਹਿਓ ਦੋ। ਜੇ ਸਾਧੂ ਸ਼ਬਦ ਗੁਰੂ ਵਾਸਤੇ ਵਰਤਿਆ ਫਿਰ ਸਾਧੂ ਕਹਿਣ ਦੀ ਕੀ ਲੋੜ ਸੀ? ਨਾਮ ਰਹੋ ਸਾਧੂ ਰਹੋ ਰਹਿਓ ਗੋਬਿੰਦ, ਕਉ ਨਾਨਕੇ ਜਸੁ ਮੈਂ ਉਹ ਕਿਨ ਜਪਿਓ ਗੁਰ ਮੰਤਰ। ਉਹ ਕੱਢੋ ਗੁਰਬਾਣੀ ਦੇ ਅਰਥ, ਅਰਥਾਂ ਦਾ ਅਨਰਥ ਨਾ ਕਰੋ। ਪਾਤਸ਼ਾਹ ਫਰਮਾਉਂਦੇ ਨੇ ਸਾਰੇ ਪੜਿਆ ਕਰੋ ਜੀ, ਗੁਰ ਸਾਗਰ ਰਤਨੀ ਭਰਪੂਰ ਹੈ ਅੰਮ੍ਰਿਤ ਸੰਤ ਜੁਗੈ ਨੀ ਦੂਰੇ। ਹੰਸ ਰਹਿੰਦੇ ਨੇ ਮਾਨ ਸਰੋਵਰਾਂ ਤੇ, ਉਹਨਾਂ ਵਿੱਚ ਹੀਰੇ ਮੋਤੀ ਹਨ, ਉਹ ਕੌਣ ਚੁਗਦੇ ਨੇ? ਸਰਵਰ ਅੰਦਰ ਹੀਰਾ ਮੋਤੀ ਇਹ ਹੰਸਾਂ ਦਾ ਖਾਣਾ। ਮਾਫ ਕਰਨਾ ਗੁਰੂ ਗ੍ਰੰਥ ਸਾਹਿਬ, ਮਾਫ ਕਰਨਾ ਗੁਰੂ ਕਿਸਮਤ ਬਖਸ਼ਿਸ਼ਾਂ ਨਾਲ ਭਰਿਆ। ਸਾਗਰ ਹੈ ਇਹਦੇ ਵਿੱਚ ਕੌਣ ਚੁਗਦਾ? ਗੁਰ ਸਾਗਰ ਰਤਨੀ ਭਰਪੂਰੇ ਸਮਰਥ ਤੁਰੇ ਨਹੀਂ ਦੂਰੇ। ਮਾਫ ਕਰਨਾ ਜੀ, ਆਨੰਦ ਸਾਹਿਬ ਦੀ ਬਾਣੀ ਇੱਕੋ ਸਤਿਗੁਰ ਪਾਤਸ਼ਾਹ ਦੀ ਬਾਣੀ ਹੈ। ਇਸ ਬਾਣੀ ਵਿੱਚ ਅੱਖਾਂ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ। ਇੱਕ ਵਾਰੀ ਕਹਿ ਰਹੇ ਵਾਹਿਗੁਰੂ, ਉਪਦੇਸ਼ ਕਿਹਨੇ ਦਿੱਤਾ? ਗੁਰੂ ਨੇ। ਮਨ ਕਰਨਾ ਸਤਿਗੁਰੂ ਗੁਰੂ ਅਮਰਦਾਸ ਮਨ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ ਕਹਿ ਰਹੇ ਨੇ, ਆਵੋ ਸਤਿਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਤੇਰੀ ਬਾਣੀਆਂ ਤੇ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸੁਮਾਣੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਪੌੜੀ ਵਿੱਚ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ, ਦੂਜੇ 'ਚ ਮਾਫ ਕਰਨਾ ਗੁਰੂ ਕੀ ਸੰਗਤ ਇਸੇ ਵਿੱਚ ਹੀ। ਸਾਰੇ ਪੜਿਆ ਕਰੋ ਜੀ, ਆਵੋ ਸੰਤ ਪਿਆਰਿਓ ਅਕਾਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਾਥ ਕੇਰੀ ਕਿਲ ਦੁਆਰੇ ਪਾਈਐ। ਮਾਫ ਕਰਨਾ ਪਾਤਸ਼ਾਹ ਕਹਿੰਦੇ ਇਕੱਠ ਦੀ ਕਹਾਣੀ ਦੀ ਗੱਲ ਕਰੋ, ਪਰ ਇਕੱਠ ਦੀ ਕਹਾਣੀ ਦੀ ਗੱਲ ਕਿੱਥੋਂ ਮਿਲਦੀ ਹੈ?
वो संत प्यारियों अरे कहानी कातल केरी के तुम्हारे पाई है तन मन तन सब सौंप गुर को एक बारी कह दियो वाहेगुरु तन मन तन सब सौंप गुर को हुक्म मनिए संत बाबा अजीत सिंह हंसाली वाले ने सारी जिंदगी गुरु ग्रंथ साहिब का वचन मनिया एक बारी कह दियो वाहेगुरु वचन मनिया ते उस वचन ने तुहानू भी जोड़िया तन मन तन सब सौंप गुर को हुक्म मनिए पाईए माफ करना पुछया जी पंजवें पातशाह दे चरण विच सिखन बेनती करके महाराज सिख दी डेफिनेशन माफ करना संत दी डेफिनेशन की परिभाषा की है अयूर ने आखिया जिना साथ गिरा सुन विसरे हर नामा मन मंत्र तन कोई नानका और पूरन सोई संत माफ करना कई कहंदे ने जी संतां नूं संत ने क्या करो एक बारी फेर करो वाहेगुरु वाहेगुरु मैं क्या की आख्या करिए कहंदे बाबे आख्या करो बाबे ओ मैं क्या तेनूं पता बाबा शब्द कित्थे वरतिया बाबा शब्द तां गुरु वास्ते वरतिया जिथे बाबा पैर तरे जिथे बाबा जिथे बाबा पैर तरे जिथे बाबा पैर तरे जिथे बाबा पैर तरे बोलो जिथे बाबा पैर तरे 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 बाबा पैर करे आसन थापन सोवा जिथे बाबा तू जिथे बाबा पैर करे आसन थापन सोवा जिथे बाबा पैर करे जिथे बाबा पैर करे आसन थापन सोवा जिथे बाबा पैर करे जिते बाबा पैर तरे पूजा आसन थापन सोवा ओ अपने खेज नाराजो माफ करना ऐ जो मनमतियां गल्लां कर रहे ने सिखी दे कातल ने कातल बाबा शब्द बाबा गया बगदाद नू सारे पढ़ो बाबा गया बगदाद बाबा गया ਕਿਹੜਾ ਬਾਬੇ ਗਿਆ ਬਾਬਾ ਗਿਆ ਗੁਰੂ ਨਾਨਕ ਹੀ ਗਿਆ ਬਾਬਾ ਗਿਆ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਕਿਆ ਕਰਦੇ ਹੋ ਮਰਦਾਨੀਆ ਯਾਰਾ ਜਦ ਤੂੰ ਕੀਰਤਨ ਕਰਦਾ ਸਾਡੀਆਂ ਨਿਰੰਕਾਰ ਨਾਲ ਜੱਫੀਆਂ ਪੈ ਜਾਂਦੀਆਂ ਨੇ ਮਾਫ ਕਰਨਾ ਸਦਾ ਖੁਸ਼ ਰਹਿੰਦਾ ਸੀ ਮਰਾਸ਼ੀ ਦੀ ਰਬਾਬ ਉੱਤੇ ਮਹਾਂਪੁਰਖਾਂ ਦੀ ਯਾਦ ਮਨਾ ਰਿਹਾ ਮੈਂ ਮਾਫ ਕਰਨਾ ਜਦੋਂ ਕੀਰਤਨ ਸ਼ੁਰੂ ਕਰਨਾ ਸੀ ਇੱਕ ਵਾਰੀ ਫਿਰ ਕਹਦੇ ਵਾਹਿਗੁਰੂ ਕਈ ਕਹਿੰਦੇ ਢੋਲਕੀਆਂ ਦੇ ਚਮੁੰਡੇ ਫੜ ਕੇ ਤੁਰ ਪੈਂਦੇ ਨੇ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਤਾਂ ਬਿਨਾਂ ਰਬਾਬ ਤੂੰ ਦੂਜਾ ਸਾਜ ਵੱਜਿਆ ਹੀ ਨਹੀਂ ਖਾਲਸਾ ਜੀ ਜਦੋਂ ਮਰਦਾਨਾ ਰਬਾਬ ਜਾਂਦਾ ਸੀ ਬਨਸਪਤੀ ਝੂਮੜਦੀ ਸੀ ਆਉਂਦੇ ਜਾਂਦੇ ਰਾਹੀ ਉਹਨਾਂ ਦੇ ਪੈਰ ਅੱਗੇ ਵਧਣ ਤੋਂ ਰੁਕ ਜਾਂਦੇ ਸਨ ਜਦੋਂ ਕੀਰਤਨ ਸ਼ੁਰੂ ਕਰਨਾ ਸੀ ਗੁਰੂ ਬਾਬੇ ਨੇ ਭਾਈ ਮਰਦਾਨੇ ਨੂੰ ਝੰਡੇ ਬਾਡੀ ਦੇ ਕੋਲ ਭੇਜਣਾ ਆਖਿਆ ਜਾ ਮਰਦਾਨੀਆ ਝੰਡੇ ਬਾਡੀ ਕੋਲੋਂ ਰਬਾਬ ਲੈ ਕੇ ਆ
ਮਰਦਾਨੇ ਨੇ ਆਖਿਆ ਜੀ ਪੈਸੇ ਆਖੇ ਪੈਸੇ ਬੇਬੇ ਨਾਨਕੀ ਜੀ ਤੋਂ ਲੈ ਲਈ। ਮੁੱਕਦੀ ਗੱਲ ਕੀ, ਕਈ ਕਹਿੰਦੇ ਹਨ ਪ੍ਰਸਾਦਾਂ ਨੂੰ ਕੀ ਪਤਾ। ਉਹ ਦੱਸੋ ਨਾਮਦੇਵ ਕਿਹੜੀ ਯੂਨੀਵਰਸਿਟੀ ਚ ਪੜ੍ਹਿਆ ਸੀ? ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਧੰਨੇ ਨੇ ਕਿੱਥੋਂ ਪੀ ਐਚ ਡੀ ਕੀਤੀ ਸੀ? ਭਗਤ ਰਵਿਦਾਸ ਨੇ ਕਿੱਥੋਂ, ਮਾਫ ਕਰਨਾ ਗੁਰੂ ਕੀ ਸੰਗਤ, ਨੈਟ ਕਲੀਅਰ ਕੀਤਾ ਸੀ? ਮਾਫ ਕਰਨਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਨਾਮ ਦਿਓ ਗੋਬਿੰਦ ਕਾ ਹੋਇਆ। ਅੱਜ ਮਹਾਂਪੁਰਖ ਦੀ ਯਾਦ ਮਨਾਈ ਜਾ ਰਹੀ ਜੀ, ਜੈ ਜੈਕਾਰ ਹੋ ਰਹੀ ਹੈ। ਮਾਫ ਕਰਨਾ ਜਿਹਦਾ ਕੋਈ ਕੀਰਤਨ ਤਾਂ ਨਹੀਂ ਕੀਤਾ, ਬੋਲਦੇ ਕਿਉਂ ਨਹੀਂ? ਉਹ ਬੋਲਦੇ ਕਿਉਂ ਨਹੀਂ? ਉਹਨਾਂ ਕਿਤੇ ਸਾਜ ਤਾਂ ਨਹੀਂ ਵਜਾਏ? ਜੈ ਜੈਕਾਰ ਕਰੇ ਸਭ ਕੋਈ ਜਿਨ੍ਹਾਂ ਦੇ ਮਨ ਨਾਮ ਵਸਿਆ। ਮਾਫ ਕਰਨਾ ਗੋਬਿੰਦ ਗੋਬਿੰਦ ਸੁਖਤ ਸੰਜ ਨਾਮ ਮਨ ਲੀਨਾ, ਆਦਮ ਕੋ ਹੀ ਪੂਰਾ ਹੋਇਓ ਮਦੀਨਾ। ਮਾਫ ਕਰਨਾ ਭਗਤ ਕਬੀਰ ਵਰਗੇ, ਕਹਿੰਦੇ ਨੇ ਜਦ ਭਗਤ ਕਬੀਰ ਜੀ ਨੂੰ ਬਾਣੀ ਉਚਰਦੀ ਸੀ, ਉਹਨਾਂ ਦਾ ਇੱਕ ਸੇਵਕ ਸੀ ਸ਼ਾਹੀ ਅਨਪਰਸਨ ਭਗਤ ਕਬੀਰ ਜੀ ਦੇ ਕਬੀਰ ਜੀ। ਪਰ ਅੱਜ ਵੱਡੇ ਵੱਡੇ ਵਿਦਵਾਨਾਂ ਦੇ ਕਥਾ ਵਾਚਕਾਂ ਨੂੰ ਜਦੋਂ ਕਬੀਰ ਸਾਹਿਬ ਦੀ ਬਾਣੀ ਦੇ ਅਰਥ ਕੱਢਣੇ ਪੈਂਦੇ ਨੇ ਨਾ, ਮਾਫ ਕਰਨਾ ਨੀਵੀਆਂ ਪਾ ਜਾਂਦੇ ਨੇ। ਭਗਤ ਕਬੀਰ ਜੀ ਅੱਗੇ ਰਵਿਦਾਸ ਜੀ ਢੋਰ ਟਵੰਤਾ ਹਿੰਸਾ ਕੀ ਮਾਇਆ, ਪ੍ਰਗਟ ਹੋਇਆ ਸਾਧ ਤਨ ਤਿਨੀ ਦਰਸ਼ਨ ਪਾਇਆ। ਰੋਪੜ ਦੇ ਪਰਲੇ ਇੱਕ ਪਿੰਡ ਆ ਜੀ, ਉੱਥੇ ਇੱਕ ਮੋੜ ਵੀ ਹੈ ਜੀ ਜਿੱਥੇ ਇਸ ਮਹਾਨ ਹਸਤੀ ਨੇ, ਮੇਰੇ ਕਹਿੰਦ ਮੁਰਾਦ ਸੰਤ ਬਾਬਾ ਜੀ ਸਿੰਘ ਹੰਸਾਲੀ ਵਾਲਿਆਂ ਨੇ ਅਵਤਾਰ ਧਾਰਨ ਕੀਤਾ ਸੀ।
ਜਨਮ ਮਰਨ ਤੂੰ ਮੈਂ ਨਾਈ ਪਰ ਉਪਕਾਰੀ ਆਏ ਜੀਵਨ ਤੇ ਭਗਤੀ ਲਈ ਹਰੋ ਲੈ ਬੁਲਾਏ ਇੱਕ ਸਹਿਣ ਨਾਈ ਇੱਕ ਵਾਰੀ ਕਹਿ ਰਿਹਾ ਵਾਹਿਗੁਰੂ ਜੇਕਰ ਮਹਾਰਾਜ ਉਹਨਾਂ ਦਾ ਕੀਤਾ ਮਾਫ ਕਰਨਾ ਕੋਈ ਨਾਈ ਸੀ ਕੋਈ ਸ਼ੀਪਾ ਸੀ ਕੋਈ ਰਵਿਦਾਸ ਸੀ ਮਾਫ ਕਰਨਾ ਕੰਮ ਜਪਿਓ ਜੀ ਹਰ ਜੈਸੇ ਔਰ ਨੀਤ ਤੈਨ ਜਾਗੀ ਮਾਇਆ ਪ੍ਰਗਟ ਹੋਇਆ ਸਾਧ ਸੰਗ ਤੈਨੀ ਦਰਸ਼ਨ ਪਾਇਆ ਉਹ ਧੰਨਾ ਕਿੱਥੇ ਪੜਿਆ ਸੀ ਇੱਕ ਵਾਰੀ ਕਹਿ ਦੇ ਵਾਹਿਗੁਰੂ ਉਹ ਦੱਸੋ ਕਿੱਥੇ ਪੜਿਆ ਸੀ ਜਦੋਂ ਧੰਨੇ ਨੂੰ ਪਰਮੇਸ਼ਵਰ ਨੇ ਦਰਸ਼ਨ ਦਿੱਤੇ ਮਾਫ ਕਰਨਾ ਗੁਰੂ ਕੀ ਸੰਗਤ ਅੰਗਰੇਜ਼ੀ ਦੀ ਕਹਾਵਤ ਹੈ Faith can move the mountain. ਵਿਸ਼ਵਾਸ ਪਹਾੜਾਂ ਨੂੰ ਬਾਬਾ ਮੂੰਹ ਬਣਾ ਕੇ ਪਗਲਾ ਕੇ ਰਹਿ ਜਾਂਦਾ ਪੱਥਰ ਪੱਥਰ ਨਹੀਂ ਸੀ ਕਈ ਅੱਜ ਕਹਿੰਦੇ ਨੇ ਜੀ ਪੱਥਰ ਚ ਦਰਸ਼ਨ ਨਹੀਂ ਹੋਏ ਜਵਾਬ ਸੰਗਤ ਦੇਵੇਗੀ ਰਾਜੇ ਹਰਨਾਕਸ਼ ਨੇ ਬੜੇ ਬੜੇ ਜਨਮ ਕੀਤੇ ਪ੍ਰਹਲਾਦ ਤੇ ਇੱਕ ਐਸਾ ਸਮਾਂ ਵੀ ਆਇਆ ਸੀ ਸਾਧ ਸੰਗਤ ਜੀ ਪੱਥਰ ਸਖਤ ਹੁੰਦਾ ਕਿ ਲੋਹਾ ਸਖਤ ਹੁੰਦਾ ਪੱਥਰ ਨੂੰ ਪੱਥਰ ਤੇ ਮਾਰਿਆ ਪੱਥਰ ਤੋੜਿਆ ਜਾ ਸਕਦਾ ਪੱਥਰ ਨੂੰ ਪੱਥਰ ਤੇ ਮਾਰੀਏ ਪੱਥਰ ਟੁੱਟ ਜਾਂਦਾ ਜੇ ਆਪਾਂ ਕਹੀਏ ਵੀ ਲੋਹੇ ਨੂੰ ਲੋਹੇ ਤੇ ਮਾਰੀਏ ਥੋੜੇ ਨੂੰ ਥੋੜੇ ਤੇ ਮਾਰੀਏ ਉਹ ਟੁੱਟ ਜਾ ਨਹੀਂ ਟੁੱਟ ਸਕਦਾ ਜਿਹੜਾ ਧਿਆਨ ਦੇਣਾ ਪਵੇਗਾ ਇੱਕ ਵਾਰੀ ਕਹਿ ਰਹੇ ਹੋ ਵਾਹਿਗੁਰੂ ਜੀ ਇੱਕ ਐਸਾ ਸਮਾਂ ਆਇਆ ਸੀ ਉਹਨੂੰ ਗੁਰੂ ਕੀ ਸੰਗਤ ਪਹਾੜਾਂ ਤੋਂ ਥੱਲੇ ਸੱਟਿਆ ਗਿਆ ਆਤੀਆਂ ਦੇ ਪੈਰਾਂ ਥੱਲੇ ਦਿੱਤਾ ਗਿਆ ਮੁੱਕਦੀ ਗੱਲ ਕੀ ਬੜੀਆਂ ਬੜੀਆਂ ਦੁੱਖਾਂ ਮੁਸੀਬਤਾਂ ਨੂੰ ਲੰਘਣਾ ਪਿਆ ਇੱਕ ਠਾਰਾਂ ਧਾਤਾਂ ਦਾ ਬਣਿਆ ਇੱਕ ਥੰਮ ਮਾਫ ਕਰਨਾ ਗੁਰੂ ਕੀ ਸੰਗਤ ਗਰਮ ਕੀਤਾ ਗਿਆ ਜਵਾਬ ਆਪ ਦਿਓਗੇ ਰਾਜੇ ਹਰਨਾਕਸ਼ ਨੇ ਆਖਿਆ ਤੂੰ ਬੰਦਾ ਹੀ ਨੀ ਮੰਨਦਾ ਤੂੰ ਮੇਰੀ ਗੱਲ ਹੀ ਨੀ ਮੰਨਦਾ ਮੈਂ ਵੇਖਦਾ ਤੇਰਾ ਰਾਮ ਤੈਨੂੰ ਕਿੱਦਾਂ ਚਲੂਗਾ ਪਾਵੇ ਤੱਤਿਆਂ ਉਹ ਵੇਖਾਂ ਤੇਰਾ ਰਾਮ ਦਾ ਕੂਲੂ ਤੱਤਿਆਂ ਥੰਮਾਂ ਜੱਫੀਆਂ ਤੇਰਾ ਰਾਮ ਰੱਖ ਲੂੰ ਤੇਰਾ ਰਾਮ ਰੱਖ ਪਾਲਾ ਦੱਸਿਆ ਤੇਰਾ ਰਾਮ ਰੱਖ ਧਾਤਾਂ ਦਾ ਬਣਿਆ ਲੋਹੇ ਦਾ ਥੰਮ ਕਰਮ ਕੀਤਾ ਗਿਆ ਬਾਰਾਂ ਬਾਰਾਂ ਫੁੱਟ ਦੀ ਦੂਰੀ ਤੇ ਸੇਕ ਜਾਂਦਾ ਸੀ ਮਨ ਕਰਨਾ ਮੈਂ ਪੁਰਖਾਂ ਨੂੰ ਯਾਦ ਮਨਾ ਰਿਹਾ ਜੀ ਸੰਤ ਬਾਬਾ ਪਰਮਜੀਤ ਸਿੰਘ ਬੈਠੇ ਨੇ ਮਾਫ ਕਰਨਾ ਗੁਰੂ ਕੀ ਸੰਗਤ ਕੋਸ਼ਿਸ਼ ਤਾਂ ਬੜੀ ਹੁੰਦੀ ਸੀ ਕਿ ਇਸ ਸਥਾਨ ਤੇ ਜਾਈਏ
पर मजबूरी है बाबा जी, दिन रात सफर में करता है, दिन रात सफर में रहते हैं, किस किस की नजर को हम देखे, हम सब की नजर में रहते हैं। माफ करना गुरु की संगत, राजा हरनाक्ष ने कपड़े वस्त्र उतार दिते प्रहलाद दे, आख्या सर दे बल दे तप दे थम, माफ करना जफी पा, और अपने राम नु मारवाज बच्चा सी। बाबा नंद सिंह नानसर वाले क्या करते समय, जदों कहता कोई मेरे संत भगत की निंदा करता है, परमेश्वर कहता कि मेरे मत्थे विच गोली वजदी गोली, एवं नहीं क्या मेरे राम राय तू संतां का संत तेरे। माफ करना गुरु की संगत, प्रहलाद डोल गया, घबरा गया, हुण बचना बड़ा मुश्किल है। रविदास जी कहते परमेश्वर तो तेरे हाथों पैरों तू भी नेड़े है, रबता सुहात पै मेरे हरे हो प्रहलाद डोल गया घबरा गया, परमेश्वर एक हो कभी नेका रूप धारण करता है, एक छोटी जी कीड़ी रूप धारण करके फिर गया उस तब से थम से। प्रहलाद ने वेख्या भी कीड़ी नहीं मर रही, मैं कितना मर जूंगा। बहुत लोग कहते रब नेड़े का खसुन नेड़े, मन मुखा नहीं खसुन नेड़े, पर रब के बंदिया नहीं रब नेड़े। अगे बढ़ के प्रहलाद ने उस थम नु जफा मार लिया, कद छोटे होंगे पढ़िया करते थे हरनाक्ष वर्गे सूरमे जो जपन नहीं देंदे राम। राजे ने देखिया भी हूं बच गया, इधरों हरनाक्ष भी तैयार है, उधरों प्रहलाद का प्यारा भी तैयार है, राम भी तैयार है। महापुरखों की याद मना रहे जी, यादा सदिया सदा मनाई जा रही है, कि धारना पढ़ लो पहला सदा लगते रहेंगे मेले, याद की तेरी प्रीत में सदा लगते रहेंगे, याद विच तेरी प्रीत में लगते रहेंगे मेले, याद विच तेरी प्रीत में प्यारे जी, याद विच तेरी प्रीत मां, प्यारे जी याद विच तेरी प्रीत मां, प्यारे ओ याद विच तेरी प्रीत मां, प्यारे ओ याद विच तेरी प्रीत मां, प्यारे ओ याद विच तेरी सदा लगते रहेंगे मेले, 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 लगते रहेंगे मेले, सदा लगते रहेंगे मेले, सदा लगते रहेंगे मेले, लगते रहेंगे मेले, याद विच तेरी प्री
ਲੱਗਦੇ ਰੱਖਣਗੇ ਮੇਲੇ ਯਾਦ ਵਿੱਚ ਤੇਰੀ ਬਾਬਾ ਜੀ ਸੋ ਲੱਗਦੇ ਰਹਿਣਗੇ ਮੇਲੇ ਯਾਦ ਵਿੱਚ ਤੇਰੀ ਬਾਬਾ ਜੀ ਤੇਰੀ ਬਾਬਾ ਜੀ ਨਦੀਆਂ ਬਾਬ ਸੁਣੀਆਂ ਮੇਲਾ ਸੰਜੋਗੀ ਰਾਮ ਮੇਲਾ ਕੋਈ ਜਾਣੇ ਜੋਗੀ ਰਾਮ ਇੱਧਰ ਰਾਜਾ ਹਰਨਾਕਸ਼ ਵੀ ਪਿਆਰ ਹੈ ਉੱਧਰ ਵੀ ਤਿਆਰ ਹੈ ਮੈਨੂੰ ਕੋਈ ਗੱਲ ਯਾਦ ਆਈ ਔਖਾ ਕੰਮ ਫਕੀਰੀ ਵਾਲਾ ਸੁਣੀ ਉੱਤੇ ਪੈਣਾ ਦਾਦਾ ਦਾ ਕੋਲ ਟੁਕੜੇ ਮੰਗਣੇ ਹਾਂਜੀ ਜੀ ਕਹਿਣਾ ਜੇ ਕੋਈ ਉਹਨਾਂ ਨੂੰ ਮੰਦਿਆ ਆਖੇ ਤਦ ਵੀ ਚੰਗੀਆਂ ਕਹਿਣਾ ਜਾਂ ਮਲੰਗਾ ਫਕੀਰੀ ਔਖੀ ਜਿਉਂਦਿਆਂ ਮਰ ਰਹਿਣਾ ਇੱਕ ਬਾਜ਼ਾਰ ਦੇ ਵਿੱਚ ਇੱਕ ਮਹਾਤਮਾ ਗੁਜ਼ਰ ਰਹੇ ਨੇ ਇੱਕ ਵਾਰੀ ਕਹਿ ਦਿਓ ਵਹਿਰੂ ਆਪਣੀ ਮਾਜ ਦੇ ਵਿੱਚ ਜਾ ਰਹੇ ਨੇ ਇੱਕ ਚਬਾਰੇ ਤੇ ਇੱਕ ਵੇਸਵਾ ਬੈਠੀ ਹੈ ਮਹਾਤਮਾ ਨੇ ਅਲੱਖ ਜਗਾਈ ਪਾਣੀ ਚੱਪ ਰਹੀ ਹੈ ਸੰਤਨ ਛੇਤੀ ਮਸਕਤੀ ਭੰਡ ਦੱਬਣ ਕੀ ਰੀਤ ਭਗਵਾਨ ਸੇਵਾ ਕਰੇ ਪੁਲੀਤ ਮਤ ਕਰਨੇ ਮਹਾਤਮਾ ਨੇ ਲੱਖ ਜਗਾਈ ਵੇਸਵਾ ਨੇ ਕਿਹਾ ਤੁਹਾਨੂੰ ਕਿਆ ਚਾਹੀਏ ਆਖਿਆ ਜੀ ਖਾਣੇ ਕੋਲ ਪੱਕਾ ਭੋਜਨ ਮਿਲ ਜਾਏ ਜਾਂ ਕੋਈ ਆਟਾ ਸੀਧਾ ਵਗੈਰਾ ਮਿਲ ਜਾਏ ਕਹਿੰਦੀ ਕਟੋਰਾ ਅੱਗੇ ਕਰੋ ਕਈ ਮੇਰੇ ਵਰਗੇ ਚਾਰ ਦਿਨ ਵਾਜੇ ਵਜਾ ਕੇ ਤੇ ਕਹਿੰਦੇ ਅਸੀਂ ਸੰਤ ਸੰਤ ਦੀ ਅਵਸਥਾ ਤਾਂ ਅਰਬਦ ਨਰਬਦ ਤੰਦੂਕਾਰਾ ਇੱਕ ਮਛਲਿਆ ਨਾ ਚੰਦ ਨਦੀ ਨਦੀ ਸੰਤ ਪਰਮਜੀਤ ਸਿੰਘ ਨੂੰ ਆਖਿਆ ਮਹਾਂਪੁਰਖਾਂ ਨੇ ਤੂੰ ਜਾਣਾ ਨੀ ਨੇਵੀ ਦੇ ਵਿੱਚ ਸਰਵਿਸ ਕਰਦੇ ਸਨ ਇਹਨੇ ਆਖਿਆ ਬਾਬਾ ਜੀ ਛੁੱਟੀ ਖਤਮ ਹੋ ਗਈ ਹੈ ਬਾਬਾ ਜੀ ਨੇ ਆਖਿਆ ਪਰਮਜੀਤ ਸਿੰਘ ਨਹੀਂ ਜਾਣਾ ਸਾਰ ਰੁਕ ਗਿਆ ਜਿਹੜਾ ਜਹਾਜ਼ ਨੇ ਜਾਣਾ ਸੀ ਅਮਰੀਕਾ ਨੂੰ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਗਿਆ ਮਾਫ ਕਰਨਾ ਗੁਰੂ ਕੀ ਸੰਗਤ ਐਵੇਂ ਨੀ ਦੁਨੀਆ ਮੰਨਦੀ ਮਹਾਂਪੁਰਖਾਂ ਨੂੰ ਕਹਿੰਦੀ ਕਸੀਦਾ ਅੱਗੇ ਕਰੋ ਕਟੋਰਾ ਅੱਗੇ ਕਰੋ ਮਹਾਤਮਾ ਨੇ ਕਟੋਰਾ ਅੱਗੇ ਕੀਤਾ ਉਸ ਕਟੋਰੇ ਤੇ ਥੁੱਕ ਦਿੱਤਾ ਮਹਾਤਮਾ ਨੇ ਆਖਿਆ ਉਹ ਇਹ ਤੂੰ ਕੀ ਕੀਤਾ ਜੇ ਨਹੀਂ ਸੀ ਖੈਰ ਪਾਉਣੀ ਤੇ ਥੁੱਕਣਾ ਨਹੀਂ ਸੀ ਖੁਦਾ ਕੇ ਬੱਚੋ ਕੋ ਬੰਦੋ ਕੋ ਖੁਦਾ ਕੇ ਬੰਦੋ ਕੋ ਦਿਖਾਣਾ ਅੱਛਾ ਨਹੀਂ ਹੋਤਾ ਮੁਕਦੀ ਗੱਲ ਕੀ ਗੁਰੂ ਕੀ ਸੰਗਤ ਮਹਾਤਮਾ ਨੇ ਆਖਿਆ ਪ੍ਰਭੂ ਜੇ ਤੇਰੇ ਬੰਦਿਆਂ ਨਾਲ ਇਸੇ ਤਰ੍ਹਾਂ ਹੁੰਦੀ ਰਹੀ ਤੇ ਫਿਰ ਤੇ ਗੱਲ ਇੱਕ ਵਾਰੀ ਕਹਿ ਰਹੇ ਵਾਹਿਗੁਰੂ ਜੀ ਅੱਜ ਕੱਲ੍ਹ ਕਹਿੰਦੇ ਸੰਤਾਂ ਨੂੰ ਨਾ ਮੰਨੋ ਮੈਂ ਕਿਹਾ ਚੋਰਾਂ ਨੂੰ ਮੰਨੀਏ ਬਾਬੇ ਨਾਨਕ ਨੇ ਵੀਹਾਂ ਰੁਪਈਆਂ ਦਾ ਲੰਗਰ ਕਿਹਨੂੰ ਛਕਾਇਆ ਸੀ ਤੁਸੀਂ ਬੋਲਦੇ ਕਿਉਂ ਨੀ ਉਹ ਬੋਲਦੇ ਕਿਉਂ ਨੀ ਉਹ ਤੂੰ ਗਰੀਬ ਨਹੀਂ ਸਨ ਉਹ ਤੂੰ ਦੁਨੀਆਂ ਤੇ ਹੋਰ ਭੁੱਖੇ ਨਹੀਂ ਸਨ
ਬਾਬਾ ਨਾਨਕ ਤਾਂ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਂਦਾ ਅਭੀ ਅੱਜ ਸਾਧੂਆਂ ਦੀ ਭੰਡਣੀ ਕਰਦੇ ਆ ਭੰਡਣੀ ਮੈਨੂੰ ਇੱਕ ਕਹਿੰਦਾ ਜੀ ਸੰਤ ਤਾਂ ਹੁਣ ਕੋਈ ਹੋਇਆ ਹੀ ਨਹੀਂ ਮੈਂ ਕਿਹਾ ਬਿਲਕੁਲ ਠੀਕ ਗੱਲ ਹੈ ਭੂਮੀਏ ਚੋਰ ਤੋਂ ਬਾਅਦ ਕੋਈ ਚੋਰ ਨਹੀਂ ਹੋਇਆ ਬੋਲਦੇ ਕਿਉਂ ਨਹੀਂ ਹੈਜੀ ਸੱਜਣ ਠੱਗ ਤੋਂ ਬਾਅਦ ਕੋਈ ਠੱਗ ਨਹੀਂ ਹੋਇਆ ਉਹ ਬੋਲੋ ਤੇ ਸਹੀ ਸੰਗਤ ਮਹਾਤਮਾ ਨੇ ਕਿਹਾ ਤੂੰ ਠੀਕ ਨਹੀਂ ਕੀਤਾ ਪਰਮੇਸ਼ਰ ਕੇ ਦੁਆ ਕੀਤੀ ਪਰਮੇਸ਼ਰ ਮਾਫ਼ ਕਰਨ ਅਰਦਾਸ ਕੀਤੀ ਜੇਕਰ ਬੰਦਿਆਂ ਦੀ ਇਸੇ ਤਰ੍ਹਾਂ ਨਰਾਦਰੀ ਹੁੰਦੀ ਰਹੀ ਤੇ ਹੋਰ ਦੇ ਤੇਰਾ ਨਾਮ ਕੌਣ ਜਪੇਗਾ ਮਹਾਤਮਾ ਨੇ ਉਤਾਂਹ ਨੂੰ ਝਾਕਿਆ ਜਬਾਰੇ ਦੇ ਇਸ ਬੇਸਵਾ ਦਾ ਯਾਰ ਬੈਠਾ ਸੀ ਮਨ ਕਰਨਾ ਗੁਰੂ ਕੀ ਸੰਗਤ ਇਸ ਬੇਸਵਾ ਨੇ ਆਪਣੇ ਯਾਰ ਨੂੰ ਕਿਹਾ ਇਹ ਸੰਤ ਨੇ ਮੇਰੀ ਬੜੀ ਨਾਦੀ ਕੀਤੀ ਹੈ ਉਹਨੇ ਡੰਡਾ ਫੜਿਆ ਤੇ ਦੋ ਚਾਰ ਡੰਡੇ ਨਾਲ ਸਾਧੂ ਦੀ ਪਿੱਠ ਤੇ ਲਾ ਦਿੱਤੇ ਅਸਲ ਸੰਤ ਨੂੰ ਸੰਤ ਦੁਨੀਆ ਬਣਾਉਂਦੀ ਹੈ ਇੱਕ ਵਾਰੀ ਕਹਿ ਰਹੇ ਵਾਹਿਗੁਰੂ ਵਾਹਿਗੁਰੂ ਤਵੀ ਤੇ ਬੈਠ ਕੇ ਕਿਸੇ ਪੌੜੇ ਤੱਤੀ ਤਵੀ ਤੇ ਬੈਠ ਕੇ ਕਿਸੇ ਪੌੜੇ ਕਰਨੀ ਦੱਸੀ ਸਭਾਵਾਂ ਦੀ ਜੰਗ ਤੈਨੂੰ ਦਿੱਲੀ ਚਾਂਦਨੀ ਚੌਂਕ ਬਾਜ਼ਾਰ ਅੰਦਰ ਕਿਸੇ ਦੱਸਿਆ ਜੀਵਨ ਦਾ ਢੰਗ ਤੈਨੂੰ ਕਿਸੇ ਦੇ ਜ਼ੁਲਮ ਕਰਨਾ ਕੋਈ ਮਾਫ਼ ਕਰਨਾ ਔਖਾ ਕੰਮ ਨਹੀਂ ਡਾਕਾ ਮਾਰਨਾ ਕੋਈ ਔਖਾ ਕੰਮ ਨਹੀਂ ਚੋਰੀ ਕਰਨੀ ਕੋਈ ਔਖਾ ਕੰਮ ਨਹੀਂ ਜਿਹੜੇ ਰੱਬ ਦੀ ਰਾਜਾ ਚ ਰਾਜੀ ਰਹਿੰਦੇ ਨੇ ਫਿਰ ਲੱਭਣ ਦਾ ਦੁਨੀਆਂ ਰੱਬ ਦੀ ਰਾਜਾ ਚ ਰਾਜੀ ਰਹਿੰਦੇ ਨੇ ਸਾਬਰੀ ਭਾਗੇ ਵੇ ਜਲੇਨ ਹੋ ਜੀ ਖੁਦਾਏ ਓ ਬੇਦ ਮਸਤੀ ਦੇਣ ਹਯਾਰਾ ਬੇਲਾਦਿਆਂ ਤੇ ਔਲਾਦ ਦੀ ਬਖਸ਼ਿਸ਼ ਕੀਤੀ ਮਹਾਂਪੁਰਖਾਂ ਨੇ ਮਾਫ ਕਰਨਾ ਗੁਰੂ ਕੀ ਸੰਗਤ ਹਯਾਰਾਂ ਦੇ ਦੁੱਖ ਤੋੜੇ ਗੁਰਮਤ ਨੇ ਜੋੜਿਆ ਇਹਦਾ ਯਾਰ ਆਇਆ ਦੋ ਚਾਰ ਡੰਡੇ ਮਹਾਤਮਾ ਦੀ ਪਿੱਠ ਤੇ ਮਾਰ ਦਿੱਤੇ ਮਹਾਤਮਾ ਨੇ ਆਖਿਆ ਪ੍ਰਭੂ ਇਸ ਤਰ੍ਹਾਂ ਹੁੰਦਾ ਰਿਹਾ ਤੇ ਫਿਰ ਤੇ ਕੰਮ ਮਾੜਾ ਨਾ ਜਾਨਮ ਮਤ ਦਿਖਾ ਕਿਉਂ ਕਿਸੀ ਮਤ ਦਿਖਾ ਕਿਸੀ ਗਰੀਬ ਕੋ ਗਰੀਬ ਰੋ ਦੇਗਾ ਗਰੀਬ ਕੀ ਖੁਦਾ ਨੇ ਸੁਣ ਲਈ ਤਾਂ ਤੇਰਾ ਸਭ ਕੁਛ ਖੋਲੇਗਾ ਖੋਵੇਗਾ ਮਾਰ ਕਰਨਾ ਕਿਸੇ ਰੱਬੀ ਤਾਕਤ ਨੇ ਗੈਬੀ ਸ਼ਕਤੀ ਨੇ ਵੇਸਵਾਲਾ ਯਾਰ ਜਦੋਂ ਮਹਾਤਮਾ ਦੀ ਪਰਤ ਡੰਡੇ ਮਾਰ ਕੇ ਨਾ ਫਿਰ ਮੁੜ ਕੇ ਚਮਾਰੇ ਚੜ ਗਿਆ ਕਿਸੇ ਰੱਬੀ ਤਾਕਤ ਨੇ ਰੱਬੀ ਸ਼ਕਤੀ ਨੇ ਵੇਸਵਾਲਾ ਯਾਰ ਨੂੰ ਗਰਦਨ ਤੋਂ ਫੜ ਕੇ ਚਲਾ ਕੇ ਸੜਕ ਤੇ ਮਾਰਿਆ ਗਲੀ ਚ ਮਾਰਿਆ ਉਹ ਮਰ ਗਿਆ ਲੋਕ ਵੇਖਣਾ ਸੁਣੇ ਰੋਣਾ ਪੈ ਗਿਆ ਜੀ ਲੋਕੀ ਕਹਿੰਦੇ ਕੀ ਹੋਇਆ ਉਹ ਕਹਿੰਦੀ ਇਸ ਸਾਧੂ ਨੇ ਮੇਰੇ ਯਾਰ ਨੂੰ ਕੁਝ ਕਰ ਦਿੱਤਾ ਉਹ ਕਹਿੰਦਾ ਮੈਂ ਤਾਂ ਕੁਛ ਨਹੀਂ ਕੀਤਾ ਮੈਂ ਨਹੀਂ ਕੁਛ ਕੀਤਾ ਲੋਕ ਕਹਿੰਦੇ ਹੋਇਆ ਕੀ
ਮਹਾਤਮਾ ਕਹਿੰਦੇ ਤੁਸੀਂ ਤਾਂ ਦੇਖ ਰਹੇ ਹੋ ਮੈਂ ਤਾਂ ਕੁਛ ਵੀ ਨਹੀਂ ਕਿਹਾ, ਇਹਨਾਂ ਥੁੱਕਿਆ ਮੈਂ ਤਾਂ ਕੁਛ ਨਹੀਂ ਕਿਹਾ, ਕਟੋਰੇ ਥੁੱਕਿਆ ਤਾਂ ਕੁਛ ਨਹੀਂ ਕਿਹਾ, ਇਹਦੇ ਯਾਰ ਮੇਰੇ ਡੰਡੇ ਮਾਰੇ ਮੈਂ ਤਾਂ ਕੁਛ ਨਹੀਂ ਕਿਹਾ। ਉਹ ਕਹਿੰਦੇ ਪਰ ਹੋਇਆ ਕੀ, ਬੇਸਵਾ ਨੂੰ ਮਹਾਤਮਾ ਨੇ ਇੱਕ ਸਲੋਕ ਰਾਹੀਂ ਸਮਝਾਇਆ, ਤੇਰੇ ਯਾਰ ਕੋ ਤੇਰੀ ਹਮਾਇਤ ਥੀ, ਤੇਰੇ ਯਾਰ ਕੋ ਤੇਰੀ ਹਮਾਇਤ ਥੀ, ਮੇਰੇ ਯਾਰ ਕੋ ਮੇਰੀ ਰਿਆਇਤ ਥੀ, ਤੇਰਾ ਜੋ ਯਾਰ ਆਇਆ ਤੋ ਡੰਡਾ ਚਲਾ ਗਿਆ, ਮੇਰਾ ਜੋ ਯਾਰ ਆਇਆ ਤੋ ਝਗੜਾ ਮੁਕਾ ਗਿਆ। ਦੁਸ਼ਟਾਂ ਨੂੰ ਮਾਰ ਕੇ ਭਗਤਾਂ ਦੀ ਕਰਦਾ ਰਾਖੀ, 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 ਨੂੰ ਮਾਰ ਕੇ ਭਗਤਾਂ ਦੀ ਕਰਦਾ ਰਾਖੀ, ਹਰ ਜੁਗ ਜੁਗ ਭਗਤੂ ਪਾਇਆ ਹੈ ਰੱਖਦਾ ਆਇਆ ਰਾਮ ਰਾਜੇ, ਰਾਜਪੂਤ ਹਰ ਮਾਰਿਆ। ਇੱਧਰ ਅਰਨਾਸ਼ ਦਾ ਹੱਥ ਤਲਵਾਰ ਦੀ ਮੁੱਠੀ ਤੇ ਗਿਆ, ਕਹਿੰਦਾ ਤੂੰ ਬਚ ਨਹੀਂ ਸਕੇਗਾ, ਮਾਫ ਕਰਨਾ। ਇੱਧਰ ਹਰਨਾਸ਼ ਵੀ ਤਿਆਰ ਹੈ, ਉੱਧਰ ਪ੍ਰਹਲਾਦ ਦਾ ਰਾਮ ਵੀ ਤਿਆਰ ਹੈ। ਪ੍ਰਹਲਾਦ ਕੰਬ ਉੱਠਿਆ, ਕੱਢ ਖੜਗ ਪਿਓ ਪੁੱਛਿਆ, ਮਾਰੋ ਮਨਾਂ ਚ ਝਾਤੀਆਂ, ਉਹ ਲੋਹੇ ਦਾ ਬਣਿਆ ਥੰਮ ਸੀ, ਉਹ ਜੇ ਲੋਹੇ ਦੇ ਥੰਮ ਨੂੰ ਪਾੜ ਕੇ ਪ੍ਰਗਟ ਹੋ ਸਕਦਾ ਕਿ ਪਰਮੇਸ਼ਰ ਪੱਥਰ ਦੇ ਵਿੱਚ ਪ੍ਰਗਟ ਨਹੀਂ ਹੋ ਸਕਦਾ। ਖਾਲਸਾ ਜੀ ਕੱਢ ਖੜਕ ਪਿਓ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਰ, ਤਪਤ ਥੰਮ ਪਾੜ ਪ੍ਰਗਟ ਭਇਓ, ਸਾਰੇ ਪੜੋ ਤਪਤ ਥੰਮ ਪਾੜ ਪ੍ਰਗਟ ਭਇਓ, ਨਰਸਿੰਘ ਰੂਪ ਅਨੂਪ ਅਗਾਧ। ਮੈਂ ਕਰਨਾ ਗੁਰੂ ਕਿਸੇ ਧੰਨਾ, ਇੱਥੋਂ ਹੀ ਗੱਲ ਚੱਲੀ ਸੀ, ਮੈਂ ਪੁਰਖਾਣੀ ਯਾਦ ਚ ਬੈਠੇ ਆ, ਮੈਨੂੰ ਪਤਾ ਕਿ ਤੁਹਾਡਾ ਸਤਿਪੁਰਸ਼ਾਂ ਨੇ ਬੜਾ ਪਿਆਰ ਹੈ ਤਾਂ ਹੀ ਬੈਠੇ ਹੋ। ਸਰਦੀ ਦਾ ਮਹੀਨਾ ਹੈ, ਧੁੰਦ ਪੈ ਰਹੀ ਹੈ, ਤੁਸੀਂ ਫਿਰ ਵੀ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੋ। ਜਦੋਂ ਧੰਨੇ ਨੂੰ ਦਰਸ਼ਨ ਹੋਏ ਭਗਵਾਨ ਦੇ, ਇੱਕ ਮਨ ਘੜੰਤ ਗੱਲ ਨਹੀਂ ਹੈ, ਇੱਕ ਵਾਰੀ ਕਹਿ ਦੇ ਵੈਰੂ ਪੰਡਿਤ ਤੂੰ ਸੁਣਿਆ ਸੀ ਕਿ ਠਾਕਰ ਸਾਰੇ ਕੰਮ ਕਰਦਾ, ਇੱਕ ਵਾਰੀ ਕਹਿ ਦੇ ਵੈਰੂ ਧੰਨੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪਰਮੇਸ਼ਰ ਨੇ ਕਿਹਾ, ਠਾਕਰ ਨੇ ਕਿਹਾ ਧੰਨਿਆ ਕੁਝ ਮੰਗ ਲੈ, ਪਰਮੇਸ਼ਰ ਨੇ ਪਹਿਲਾਂ ਨੇ ਕਿਹਾ ਵੀ ਕੁਝ ਸੁਣਾ ਕੁਝ ਸੁਣਾ, ਧੰਨਾ ਕਹਿੰਦਾ ਮੈਨੂੰ ਤਾਂ ਨੀ ਕੁਝ ਵੀ ਆਉਂਦਾ। ਕਿਤੇ ਪੜ੍ਹਦੇ ਦੱਸਿਆ ਮਹਾਂਪੁਰਖੋ, ਬਾਣੀ ਵੀ ਕਹਿੰਦੀ ਲੱਖ ਲੱਖ ਪੜਿਆ ਤੇਤਾ ਕੜਿਆ ਬਸੀਰ ਸੁਭਾਇਆ, ਦੇਖ ਗਿਆ ਦੇਹੀ ਦੁੱਖ ਦੀਆ, ਆਪਣਾ ਕੀਆ। ਪੜ ਪੜ ਗੱਡੀ ਲੱਭੀਏ, ਪੜ ਪੜ ਭਰੀਏ, ਮਾਫ ਕਰਨਾ ਗੁਰੂ ਕੀ ਸੰਗਤ, ਸੰਤ ਬਾਬਾ ਜੀਤ ਸਿੰਘ ਹੰਸਾਲੀ ਵਾਲੇ, ਇੱਕ ਵਾਰੀ ਪੜ ਲਓ ਨਾ। ਰੱਬ ਉਹਨਾਂ ਦੀ ਬੁਕਲ ਵਿੱਚ ਵੱਸਦਾ ਜਿਹੜੇ ਮਿੱਠੇ ਬੋਲ ਬੋਲ, ਉਹਨਾਂ ਦੀ ਬੁਕਲ ਵਿੱਚ ਵੱਸਦਾ ਜਿਹੜੇ ਮਿੱਠੇ ਬੋਲ ਬੋਲਦੇ,
ਨਹੀਂ ਦੁਦਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਪਸਿਆ ਤਾਰ ਕਰੋ ਭਗਤਾਂ ਮੈਂ ਕਹਿਆ ਇਹ ਬੁੱਧ ਸੁਣ ਕੇ ਜੱਟ ਰੋ ਓਏ ਜੁਲਾਹੇ ਰੱਬ ਨੂੰ ਪਾ ਗਏ ਓਏ ਇੱਕ ਵਾਰੀ ਕਹਿ ਦੋ ਵਹਿਰੂ ਉਹ ਨਾਈ ਨਾਈਆਂ ਨੂੰ ਰੱਬ ਮਿਲ ਗਿਆ ਓਏ ਉਹ ਸ਼ੀਪੇ ਰੱਬ ਨੂੰ ਪਾ ਗਏ ਉਹ ਰਵਦਾਸੀਆ ਰਵਦਾਸ ਵਰਗੇ ਰੱਬ ਨੂੰ ਪਾ ਗਏ ਪੰਨਾ ਉਹ ਗੈਰ ਤਿਆਣਖ ਜਾਗੀ ਆਂਦਾ ਤੂੰ ਜਾਤ ਦਾ ਜੱਟ ਹੈ ਤੂੰ ਕਿਹੜਾ ਕਿਸੇ ਤੂੰ ਘੱਟ ਹੈ ਜਦ ਤਿਆੜੀ ਦਾ ਫਿਰ ਪੱਕਾ ਹੀ ਹੁੰਦਾ ਨਾ ਤੁਹਾਨੂੰ ਪਤਾ ਹੀ ਹੈ ਮਾਫ ਕਰਨਾ ਗੁਰੂ ਕੀ ਸੰਗਤ ਕਿੱਥੇ ਪੜਿਆ ਸੀ ਧੰਨਾ ਪਰਮੇਸ਼ਰ ਨੇ ਕਿਹਾ ਕੁਝ ਸੁਣਾ ਧੰਨਿਆ ਸੁਣਾ ਯਾਦ ਕੀਤਾ ਸੁਣਾ ਧੰਨਾ ਕਹਿੰਦਾ ਜੀ ਮੈਨੂੰ ਤਾਂ ਕੁਝ ਨੀ ਜੇ ਆਉਂਦਾ ਪਰਮੇਸ਼ਰ ਕਹਿੰਦਾ ਕੁਝ ਤੇ ਸੁਣਾ ਧੰਨਾ ਕਹਿੰਦਾ ਜੀ ਤੁਸੀਂ ਤਾਂ ਪੰਡਤਾਂ ਦੀ ਆਰਤੀਆਂ ਤੇ ਬੀਜਦੇ ਹੋ ਮਹਾਰਾਜ ਮੈਨੂੰ ਕੁਝ ਨੀ ਆਉਂਦਾ ਪਰਮੇਸ਼ਰ ਕਹਿੰਦਾ ਕੋਈ ਤੇ ਆਉਂਦਾ ਹੋਊਗਾ ਕਹਿੰਦਾ ਮੈਨੂੰ ਆਰਤਾ ਆਉਂਦਾ ਆਰਤਾ ਮੈਨੂੰ ਆਰਤਾ ਆਉਂਦਾ ਸੁਣ ਲੈ ਕਹਿ ਦਿਓ ਵਾਹਿਗੁਰੂ ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ ਬਾਕੀ ਸੰਤਾਂ ਭਗਤਾਂ ਨੇ ਤੇ ਆਰਤੀਆਂ ਉਚਾਰਨ ਕੀਤੀਆਂ ਨੇ ਪਰ ਧੰਨਾ ਕਹਿੰਦਾ ਆਰਤਾ ਆਉਂਦਾ ਮੈਨੂੰ ਆਰਤਾ ਪਰਮੇਸ਼ਰ ਕਹਿੰਦਾ ਚੱਲ ਤੂੰ ਆਰਤਾ ਹੀ ਸੁਣਾ ਕਹਿੰਦਾ ਗੋਪਾਲ ਤੇਰਾ ਆਰਤਾ ਗੋਪਾਲ ਤੇਰਾ ਆਰਤਾ ਤੇ ਪਰਮੇਸ਼ਰ ਕਹਿੰਦਾ ਆ ਕੀ ਗੱਲ ਬਣੀ ਕਹਿੰਦਾ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਹਿੰਦਾ ਅੱਗੇ ਚੱਲ ਕਹਿੰਦਾ ਅੱਗੇ ਚੱਲ ਧੰਨਿਆ ਸੁਣਾ ਕੁਝ ਕਹਿੰਦਾ ਮੈਂ ਸੁਣਿਆ ਪੰਡਿਤ ਨੇ ਵੀ ਕਿਹਾ ਸੀ ਨਾ ਪੰਡਿਤ ਨੇ ਵੀ ਕਿਹਾ ਸੀ ਠਾਕਰ ਦੀ ਪੂਜਾ ਕਰੇ ਜੋ ਇੱਛੇ ਸੋਈ ਫਲ ਪਾਵੇ ਧੰਨਿਆ ਠਾਕਰ ਦੀ ਪੂਜਾ ਕਰੀਏ ਨਾ ਤੇ ਜਦੋਂ ਠਾਕਰ ਮਿਲ ਜਾਂਦਾ ਜੋ ਮਰਜ਼ੀ ਮੰਗ ਲਓ ਧੰਨਾ ਕਹਿੰਦਾ ਜੀ ਮੈਂ ਤੇ ਸੁਣਿਆ ਸੀ ਉਹ ਕਹਿੰਦਾ ਉਹ ਕੀ ਸੁਣਿਆ ਕਾਜ ਤੁਵਾਰਤਾ ਕਰੋ ਜੋ ਜਨ ਤੇਰੀ ਭਗਤ ਕਰ ਭਗਤ ਕਰੰਤੇ ਜਿਨਕੇ ਕਾਜ ਸਵਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਜਿਨਕੇ ਕਾਜ ਸਵਾਰਤਾ ਤੁਮਰੀ ਭਗਤ ਜਿਨਕੇ ਕਾਜ ਸਵਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਕਾਜ ਸਵਾਰਤਾ ਗੋਪਾਲ ਤੇਰਾ ਆਰਤਾ ਜੋਗਨ ਤੁਮਰੀ ਭਗਤ ਕਰੰਤੇ ਕਾਜ ਸਵਾਰਤਾ ਠੀਕ ਹੈ ਜੀ ਇੱਕ ਵਾਰੀ ਕਹਿ ਦੇ ਮਹਿਰੂ ਵਾਹਿਗੁਰੂ ਪਰਮੇਸ਼ਰ ਕਹਿੰਦਾ ਹੈ ਤਾਂ ਠੀਕ ਪਰ ਤੇਰਾ ਕੀ ਗੱਡਾ ਖੜਾ ਹੈ ਅੱਜ ਕਹਿੰਦਾ ਮੈਂ ਜੀ ਮੰਗਣਾ ਨਹੀਂ ਚਾਹੀਦਾ ਜੀ ਇਹ ਅਵਸਥਾ ਤਾਂ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਸੀ ਪਦਹਾਰ ਦੀ ਮੰਗਣਾ ਸਰ ਦੇ ਦੁੱਖ ਉਤਰੇ ਮਨ ਕੀ ਦੁੱਖ ਮਾਫ ਕਰਨਾ ਮੰਗਣਾ ਨੀ ਚਾਹਤਾ ਤੂੰ ਮੰਗਣਾ ਤੇ ਮੰਗਣਾ ਵੀ ਕਿਤੂ ਹੈ ਆਖਿਆ ਧੰਨਿਆ ਮੰਗ ਕੁਝ ਧੰਨੇ ਨੇ ਬੜੀਆਂ ਚੀਜ਼ਾਂ ਮੰਗੀਆਂ ਇੱਕ ਗਾਂ ਮੰਗੀ ਇੱਕ ਮੱਝ ਮੰਗੀ ਘੋੜੀ ਮੰਗੀ ਕਹਿੰਦਾ ਜ਼ਮੀਨਾਂ ਖੁੱਲੀਆਂ ਨੇ ਗੇੜਾ ਵੀ ਮਾਰਨਾ ਪੈਂਦਾ ਜੱਟ ਥੱਕ ਜਾਂਦਾ ਆਖਿਆ ਤਥਾਸ ਤੂੰ ਧੰਨਿਆ ਬਾਗੋ ਬਾਗ ਹੋ ਜਾਏਗਾ ਵੇਖੀ ਤਾਂ ਜਾ ਜਾ ਰੰਗ ਅੱਜ ਮਹਾਰਾਜ ਤੁਸੀਂ ਜਾਣਦੇ ਹੋ ਕਿ ਭਈਆ ਹੀ ਨਹੀਂ ਮਿਲਦਾ ਇੱਕ ਵਾਰੀ ਕਹਿ ਰਹੇ ਹੋ ਵਾਹਿਗੁਰੂ
ਬੜਾ ਮੁਸ਼ਕਲ ਮਿਲਦਾ, ਜ਼ਿਮੀਦਾਰ ਭਰਾ ਜਾਂਦੇ ਨੇ। ਹਾਂਜੀ, ਧੰਨੇ ਨੇ ਆਖਿਆ ਮੱਖੀਆਂ ਗੋਡਣ ਵਾਲੀਆਂ ਪਈਆਂ ਨੇ ਗਡਾਈ ਕਰ ਰਹੀ ਹੈ, ਕਮਾਦ ਪਿਆ ਗੋਡਣ ਵਾਲਾ, ਕਪਾਹੀਆਂ ਨਰਮੇ ਆਂਦਾ ਧੰਨਿਆ, ਤੂੰ ਵੇਖ ਕੰਮ ਹੁੰਦਾ ਕਿਵੇਂ ਨੇ। ਸੰਤਾਂ ਦੇ ਕਾਰਜ ਆਪ ਖੁੱਲੇ ਹਰ ਕੰਮ ਕਰਾਉਣ, ਮੁੱਕਦੀ ਗੱਲ ਕੀ ਧੰਨਾ ਕੀ ਵੇਖਦਾ, ਇੱਕ ਹੈ ਨੇਕ ਹੈ ਫਿਰ ਇੱਕ ਧੰਨਾ ਦੇਖਦਾ ਵੀ ਉਹ ਕਿਤੇ ਠਾਕਰ ਕਿਤੇ ਠਾਕਰ ਰਿਹਾ, ਉਹ ਠਾਕਰ ਜਿੱਦਣ ਝਾਤੀ ਮਾਰਦਾ ਠਾਕਰ ਹੀ ਠਾਕਰ। ਧੰਨਾ ਕਹਿੰਦਾ ਠਾਕਰਾ ਯਾਰ ਇੱਕ ਗੱਲ ਤੇ ਦੱਸ, ਉਹ ਇਹਦਾ ਦੱਸ, ਉਹ ਅਜੇ ਵੀ ਉਹਨੂੰ ਆਮ ਬੰਦਿਆਂ ਵਰਗਾ ਸਮਝੀ ਜਾਂਦਾ, ਕਹਿੰਦੇ ਵਾਹਿਗੁਰੂ ਵਾਹਿਗੁਰੂ। ਉਹਨੇ ਆਖਿਆ ਇੱਕ ਗੱਲ ਦੱਸ ਠਾਕਰਾ, ਤੂੰ ਬੰਦਾ ਕਿ ਕੋਈ ਜਾਦੂਗਰ, ਹਰਨ ਭਰਨ ਜਾ ਕਾ ਨੇਤਰ ਫੋਰ ਤੁਸਕਾ ਮੰਤਨਾ ਜਾਣੇ ਹੋਰ, ਬੜਾ ਕੰਮ ਕੀਤਾ ਧੰਨੇ ਦੇ, ਦੱਸੋ ਕਿਹੜੀ ਯੂਨੀਵਰਸਿਟੀ ਚ ਪੜ੍ਹਿਆ ਸੀ, ਕਿਤੇ ਸ਼ੰਕਾ ਨਾ ਰਹਿ ਜਾਏ ਜੀ, ਇੱਕ ਵਾਰੀ ਕਹਿ ਦਿਓ ਵਾਹਿਗੁਰੂ ਜੀ ਵਾਹਿਗੁਰੂ, ਮੇਰੇ ਵਰਗੇ ਚਾਰ ਪੜ੍ਹੇ ਕਿਤੇ ਤੁਹਾਨੂੰ ਇਹ ਨਾ ਕਹਿ ਦੇਣ ਜੀ, ਹਾਂਜੀ ਨਾਮ ਨਾ ਜਪਿਆ ਕਰੋ ਜੀ, ਮਾਫ ਕਰਨਾ ਪੜਿਆ, ਅਨਪੜ੍ਹ ਬੰਦਾ ਨਾਮ ਨੀ ਜਪ ਸਕਦਾ ਜੀ, ਨਹੀਂ ਬਾਬਾ ਜੀ ਨੇ ਆਖਿਆ ਮਰਦਾਨੀਆ ਝੰਡਾ ਪਾਸੁਰ ਬਾਹਰ ਲੈ ਗਿਆ, ਤੇ ਜਦੋਂ ਝੰਡਾ ਇੱਕ ਵਾਰੀ ਕਹਿ ਰਹੇ ਵਾਹਿਗੁਰੂ ਝੰਡਾ, ਭਾਈ ਮਰਦਾਨਾ ਝੰਡੇ ਪਾਟੀ ਪਾਸੁਰ ਬਾਹਰ ਲੈ ਕੇ ਆਇਆ ਮੈਂ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਨੂੰ ਸੇੜ ਨੂੰ ਵਜਾ, ਮਰਦਾਨਾ ਕਹਿੰਦਾ ਬਾਬਾ ਮੈਥੋਂ ਤਾਂ ਵੱਜਦੀ ਨੀ, ਮੈਥੋਂ ਨੀ ਇਹ ਵੱਜਦੀ, ਇੱਕ ਵਾਰੀ ਕਹਿ ਰਹੇ ਵਾਹਿਗੁਰੂ ਆਖਿਆ ਮਰਦਾਨੀਆਂ ਉਹਨੂੰ ਮੈਂ ਜਾਣਦਾ ਹੀ ਨੀ, ਮੈਥੋਂ ਤਾਂ ਵੱਜਦੀ ਨੀ, ਗੁਰੂ ਸਾਹਿਬ ਲੱਗਿਆ ਕਿ ਮਰਦਾਨੀਆਂ ਇਹਦੀ ਤਾਰ ਤੇ ਹੱਥ ਰੱਖ, ਤਾਰ ਤੇ ਹੱਥ ਤੇ ਰੱਖ ਸਕਦਾ ਨਾ, ਇਹ ਨਾ ਮੈਂ ਕਰ ਲੂੰਗਾ, ਜਦੋਂ ਤਾਰ ਤੇ ਹੱਥ ਰੱਖਿਆ ਦੇ ਵਿੱਚ ਇੱਕ ਆਵਾਜ਼ ਨਿਕਲੀ ਮਰਦਾਨਾ ਕਹਿੰਦਾ ਬਾਬਾ ਇਹਦੇ ਬੋਲਦੀ ਆ, ਬਾਬਾ ਇਹਦੇ ਬੋਲਦੀ, ਕਹਿੰਦਾ ਮਰਦਾਨੀਆਂ ਤੂੰ ਵੀ ਬੋਲ, ਬਾਬਾ ਜੀ ਕਹਿੰਦਾ ਕੀ ਬੋਲਦੀ ਆ, ਕਹਿੰਦਾ ਬਾਬਾ ਇਹ ਬੋਲਦੀ ਆ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, 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 ਤੇਰਾ ਨਾਂ ਲੈਂਦੀ ਆ ਮਾਰੀਆਂ ਮਰਦਾਨੀਆਂ ਬਜਾ, ਜਦੋਂ ਦੂਜੀ ਵਾਰੀ ਹੱਥ ਰੱਖਿਆ ਨਾ ਹਈ ਬਾਬਾ, ਉਹ ਤਾਂ ਮੇਰਾ ਨਾਂ ਵੀ ਲੈਂਦੀ ਆ, ਐਵੇਂ ਨੀ ਬਾਬਾ, ਸੰਤ ਬਾਬਾ ਜੀ ਸਾਨੂੰ ਯਾਦ ਕੀਤਾ ਜਾ ਰਿਹਾ, ਇਹਨਾਂ ਨੇ ਨਾਮ ਜਪਿਆ, ਨਾਮ ਪਰਮੇਸ਼ਰ ਦਾ ਨਾਮ ਜਪਿਆ, ਪਰਮੇਸ਼ਰ ਦਾ ਨਾਮ ਜਾਣ ਲੈ ਰਹੇ, ਬਾਬਾ ਜੀਤ ਸਿੰਘ ਨੂੰ ਕਿਉਂ ਯਾਦ ਕਰ ਰਹੇ, ਸੰਤ ਬਾਬਾ ਜੀਤ ਸਿੰਘ ਨੂੰ
ਉਹਨਾਂ ਪਰਮੇਸ਼ਰ ਦਾ ਨਾਮ ਜਪਿਆ। ਮਰਦਾਨਾ ਕਹਿੰਦਾ ਬਾਬਾ ਇਹ ਤਾਂ ਮੇਰਾ ਵੀ ਨਾਂ ਨਹੀਂ ਸੀ। ਕਹਿੰਦੇ ਮਰਦਾਨਿਆ ਕੀ ਕਹਿੰਦੀ ਹੈ? ਕਹਿੰਦਾ ਬਾਬਾ ਜੀ ਕਹਿੰਦੀ ਆ ਕੋਲ ਮਰਦਾਨਿਆ ਸਤ ਕਰਤਾਰ, 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 ਦਾਨਿਆ ਕਬੀਰ ਤੂੰ ਤੂੰ ਕਰਤਾ ਪਰਖਾ ਮਿਟ ਗਿਆ ਉਹ ਚੱਲਦੇ ਤੂੰ ਤਦ ਤੂੰ ਮਾਫ ਕਰਨਾ ਜੀ। ਨਵਾਂ ਸਾਜ ਜਦੋਂ ਵੀ ਆਇਆ ਕਰੇਗਾ ਹਰ ਸ਼ਰਧਾਲੂ ਨੂੰ ਜਿਹੜੀਆਂ ਤੇਰੇ ਚਰਨਾਂ ਚ ਮੌਜਾਂ ਸਦਾ ਸਾਨੂੰ ਯਾਦ ਆਉਣੀਆਂ, ਜਿਹੜੀਆਂ ਤੇਰੇ ਚਰਨਾਂ ਚ ਮੌਜਾਂ ਮਾਣੀਆਂ ਸਦਾ ਸਾਨੂੰ ਯਾਦ ਆਉਣੀਆਂ, ਸਦਾ ਤੁਹਾਨੂੰ ਯਾਦ ਆਉਣੀਆਂ, ਜਿਹੜੀਆਂ ਤੇਰੇ ਚਰਨਾਂ ਚ ਮੌਜਾਂ ਮਾਣੀਆਂ ਉਹ ਸਦਾ ਸਾਨੂੰ ਯਾਦ ਰਹਿਣੀਆਂ, ਤੇਰੇ ਚਰਨਾਂ ਚ ਮੌਜਾਂ ਮਾਣੀਆਂ ਸਦਾ ਸਾਨੂੰ ਯਾਦ ਆਉਣੀਆਂ, ਜਿਹੜੀਆਂ ਜਨਮ ਮਰਨ ਤੇ ਮੈਂ ਰਹਿਆਂ ਸਤਿਗੁਰ ਕੈ ਪ੍ਰਸਾਦ, ਰਾਮ ਨਾਮ ਕੀ ਮੌਜ ਮੈਂ ਹੋ ਰਹਿਓ ਅੰਤਿਆਰ ਆਦ,
करना सच मोची मर्दाना जदों कीर्तन करता सी जदों गुरु नानक पातशाह ध्रुव दे आसन ते गए ने ध्रुव भगत नूं मिले ने मर्दाना पहुंचा बाबा जी जी कित्थे आ गया कित्थे क पहुंच गया गुरदेव कहिंदे मर्दानिया तू भगत दा आसन आ गया मर्दाना कह लगा गरीब नवाज इत्थे साडे तों पहला कोई होर भी आया गुरु नानक पातशाह ने आख्या मर्दानिया ध्रुव नूं पुछ लै सचखंड के दरवाजे मूहरे बैठा तेन दस देवेगा मरदाने ने पूछा ध्रुव भगत साढ़े तो पहला कोई होर भी आया इतने होर भी पूछा ध्रुव ने आख्या तुहाडे तो पहला भगत कबीर आया खालसा जी भगत कबीर गुरु नानक पातशाह कहिंदे मरदाने नूं कहिंदे मरदानिया तू इत्थे ठहर अही जरा सचखंड जाके ना अकाल पुरख नूं मिले आईए मरदाना कहिंदा हाई बाबा ए नहीं जे गल बननी जे भूमिए चोर दे जाने ते मैं अगे ते तुसीं पिछे जे सज्जन छक दे जाने मैं अगे ते तुसीं पिछे अबे कल दीआं गल्लां ने कौड़ा राक्षस तल के ही खा चलिया सी जे कौड़े राक्षस ते जाने मैं अगे ते तुसीं पिछे जे बंगाल दीआं बंगालणां कोल जाने मैं अगे ते तुसीं पिछे भेडू बना के गज रस्सा पा के बन लिया सी मैं ते तुहाडे नाल ही जाऊंगा गुरु बाबे ने आख्या मरदाने जम जम के साडे नाल चल माया वरत गई मरदाने ते आंदा मरदानिया सानू ते मित्रा कोई गिला नहीं जेकर तुसी तू ना साढ़े ना कानपुर कोल गया परमेश्वर ने कहना अकाल पुरख ने कहना मरदानिया कोई की कोई शब्द सुना मरदाना कहना जी मैं सुना दूंगा मैं अगे नहीं सुनाऊंगा परमेश्वर ने आख्या मरदानिया यारा तू सुना तो देवेगा अकाल पुरख ने तेरे कीर्तन दे मोहत हो जाना मोहत उन्हें तेन आन नहीं देना फिर तू मराशी नूं याद कर करके रोवेगा बच्चियां नूं याद कर करके रोवेगा माफ करना सानू तां कोई इतराज नहीं फिर तू मराशी नूं भी याद करेगा बच्चियां नूं याद करेगा मरदाना ढिल्ला जिहा मूंह बना के कहिंदा जी तुसीं जा ही आओ फिर मैं इत्थे ही बहिंदा संत बाबा अजीत सिंह हंसाली वाले एक सिंह दस रहा सी उस दिन जी सारा दिन ही नहीं बोले जी बाबा जी नेत्र ही नहीं खोले जी नेत्र के खोलने सन सच माफ करना उस दिन रात सूरज नहीं उठे मजलब कीरा रात सूरज नहीं उठे ओ मजलब कीरा दी रात सूरज नहीं
ਮੰਡਲ ਫਕੀਰਾਂ ਦੀ ਦਿਨ ਰਾਤ ਨਹੀਂ ਮੰਡਲ ਫਕੀਰਾਂ ਦੀ ਮੇਰੇ ਪਿਆਰੇ ਮੰਜ਼ਲ ਫਕੀਰਾਂ ਮੇਰੇ ਪਿਆਰੇ ਮੰਜ਼ਲ ਫਕੀਰਾਂ ਦੀ ਮੇਰੇ ਪਿਆਰੇ ਮੰਜ਼ਲ ਫਕੀਰਾਂ ਦੀ ਮੇਰੇ ਪਿਆਰੇ ਮੰਜ਼ਲ ਫਕੀਰਾਂ ਦੀ ਵਾਵਾ ਵਾਵਾ ਮੰਜ਼ਲ ਫਕੀਰਾਂ ਦੀ ਪੂਰਾ ਸ਼ਹਿਰ ਤੋਂ ਨਾ ਤੂੰ ਕਹਿੰਦੇ ਹੋ ਨਹੀਂ ਤੈ ਮਾਫ ਕਰਨਾ ਗੁਰੂ ਕੀ ਸੰਗਤ ਮਹਾਤਮਾ ਜੂੰ ਜਲ ਮੈਂ ਜਲ ਆਏ ਖਤਨ ਤੂੰ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਕਈ ਕਹਿੰਦਾ ਸੰਤਾਂ ਨੂੰ ਕਰਾਉਂਦੇ ਹੋ ਅਸੀਂ ਆਪਣੇ ਕਰਮਾਂ ਨੂੰ ਰੋਂਦੇ ਹਾਂ ਇੱਕ ਵਾਰੀ ਕਹਿੰਦੇ ਵਾਹਿਗੁਰੂ ਸੰਤ ਸਾਨੂੰ ਬਾਣੀ ਨਾਲ ਜੋੜਦੇ ਨੇ ਨਾਮ ਨਾਲ ਜੋੜਦੇ ਨੇ ਮਿੱਠੇ ਮਿੱਠੇ ਬਚਨਾਂ ਨਾਲ ਜੋੜਦੇ ਨੇ ਜਿਹੜੇ ਅਸੀਂ ਨਾਮ ਜਪ ਸਕੀਏ ਅਸੀਂ ਇਸ ਕਰਕੇ ਰੋਂਦੇ ਹਾਂ ਸੰਤ ਮੂਹੇ ਕਿਆ ਰੋਈ ਹੈ ਜੋ ਤੇ ਡਰ ਜਾਏ ਬਾਪਰੇ ਉਹ ਹੱਟ ਹੱਟ ਬਕਾਏ ਅੱਜ ਉਹਨਾਂ ਦੇ ਬੋਲ ਸ਼ਰਧਾਲੂਆਂ ਦੇ ਕੋਈ ਪੁੱਛ ਕੇ ਵੇਖੇ ਜਿਹੜੇ ਦਰਸ਼ਨ ਕਰਦੇ ਰਹਿ ਜਿਹੜੇ ਬਚਨ ਸੁਣਦੇ ਰਹਿ ਉੱਚਾ ਸੱਜਣ ਮਿਲਦੇ ਆ ਦੇਈ ਸੁੱਛ ਉਤਾਰ ਨੈਣ ਮਹੰਜੇ ਤਰਸਦੇ ਜਿਨ ਅੱਖਾਂ ਨੇ ਦੀਦਾਰ ਤੇਰਾ ਕੀਤਾ ਅੱਜ ਤੈਨੂੰ ਤਰਸਦੀਆਂ ਅੱਖਾਂ ਨੇ ਦੀਦਾਰ ਤੇਰਾ ਕੀਤਾ ਅੱਜ ਤੈਨੂੰ ਤਰਸਦੀਆਂ ਅੱਖਾਂ ਨੇ ਦੀਦਾਰ ਤੇਰਾ ਕੀਤਾ ਅੱਜ ਤੈਨੂੰ ਤਰਸਦੀਆਂ
ਅੱਜ ਤੈਨੂੰ ਤਾਰੇ ਗੋਇਆ ਜਿਹੜੇ ਖਾਵੇ ਦੀਦਾਰ ਤੇਰਾ ਕੀਤਾ ਤਾਰੇ ਸੋਦੀਆਂ ਓਏ ਅੱਖੀਆਂ ਕਾਦੀਆਂ ਅੱਖੀਆਂ ਨੇ ਓਏ ਅੱਖੀਆਂ ਕਾਦੀਆਂ ਅੱਖੀਆਂ ਨੇ ਜਿਹੜੀਆਂ ਨਾਲ ਹਜ਼ੂਰ ਤੇ ਜੁੜਦੀਆਂ ਨਹੀਂ ਜੁੜ ਜਾਣ ਜੋ ਇੱਕ ਵਾਰੀ ਇਹਨਾਂ ਨੂੰ ਲੱਖ ਮੁੜ ਇਹ ਮੁੜਦੀਆਂ ਨਹੀਂ ਫੜ ਲੈਣ ਜੋ ਸਰਕਾਰ ਦਾ ਦਮਨ ਫੜ ਲੈਣ ਸਰਕਾਰ ਦਾ ਜੋ ਦਮਨ ਉਹਨਾਂ ਨੂੰ ਲੱਖ ਮੁੜ ਇਹ ਮੁੜਦੀਆਂ ਨਹੀਂ ਤੇ ਜਿਹੜੀਆਂ ਬੇੜੀਆਂ ਦਾ ਸਤਿਗੁਰੂ ਮਿਲਾ ਹੋਵੇ ਉਹ ਬੇੜੀਆਂ ਕਦੇ ਵੀ ਰੁੜਦੀਆਂ ਨਹੀਂ ਉੱਚੀਆਂ ਲੰਮੀਆਂ ਲਾਲ ਖਜੂਰਾਂ ਤੇ ਪੱਤਰ ਜਿੰਨਾ ਦੇ ਸਾਵੇ ਮੈਨੂੰ ਗਲੀਆਂ ਸੰਜਮ ਸੰਜੀਆਂ ਦੱਸਣ ਵੇੜਾ ਖਾਣ ਨੂੰ ਆਵੇ ਜਿਸ ਦਮ ਦੇ ਨਾਲ ਸਾਂਝ ਹੈ ਸਾਡੀ ਤੇ ਮੈਨੂੰ ਉਹ ਦਮ ਨਜ਼ਰ ਨਾ ਆਵੇ ਉਹ ਜਾ ਬੁਲਿਆ ਉੱਥੇ ਕੀ ਵਸਣਾ ਤੇ ਜਿੱਥੇ ਯਾਰ ਨਜ਼ਰ ਨਾ ਆਵੇ ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਬਾਜੂ ਉਜਾੜ ਹੈ ਰਾਮ ਦੇ ਪਿਆਰੇ ਬਾਜੂ ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਬਾਜੂ ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਵਾਜੋ ਗਿਰਜੇ ਜੈ ਖੋ ਫਿਰਿਓ ਕੌਤਕ ਠੋਰ ਰਾਮ ਨਹੀਂ ਬਾਰਾ ਉਹ ਉਜੜ ਮੇਰੇ ਉਹਨਾਂ ਨੂੰ ਪੁੱਛ ਕੇ ਵੇਖੋ ਮਾਫ ਕਰਨਾ ਗੁਰੂ ਕੀ ਸੰਗਤ ਬਾਬਾ ਬੋਲਤੇ ਤੇ ਕਹਾਂਗੇ ਦੇਹੀ ਕੇ ਸੰਗ ਰਹਿਤੇ ਕਥਾ ਵਾਰਤਾ ਕਰਤੇ ਜਿਹਨਾਂ ਨਾਲ ਕਦੀ ਬਚਨ ਬਲਾਸ ਕਰਦੇ ਸਾਂ ਸਮਾਂ ਕੋਈ ਜ਼ਿਆਦਾ ਹੀ ਲੱਗ ਗਿਆ ਹੋਣਾ ਪਰ ਮਾਫ ਕਰਨਾ ਲੱਗ ਗਿਆ ਤੇ ਲੱਗ ਗਿਆ ਪਰ ਅਸੀਂ ਵੀ ਕੀ ਕਰੀਏ ਪਰ ਜਿਹਦਾ ਸਮਾਂ ਗੁਰੂ ਚਰਨਾਂ 'ਚ ਲੱਗ ਗਿਆ ਉਹਦਾ ਦਰਗਾਹ ਵਿੱਚ ਡੰਕਾ ਵੱਜ ਗਿਆ ਪਾਤਸ਼ਾਹ ਕਹਿੰਦੇ ਮਾਫ ਕਰਨਾ ਚੱਲਿਆ ਪਕਸ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਅਤੇ ਲੋਕ ਸੁਣਾਏ ਸੀ ਮਾਫ ਕਰਨਾ ਬੜੇ ਸਮੇਂ ਤੋਂ ਬਾਅਦ ਸਾਡੇ ਸਥਾਨ ਦੇ ਜਥੇਦਾਰ ਭਾਈ ਸੁਰਜਨ ਸਿੰਘ ਹੋਰੀ ਕਹਿੰਦੇ ਸਨ ਕਿ ਸੰਤ ਬਾਬਾ ਪਰਮਜੀਤ ਸਿੰਘ ਨੂੰ ਮਿਲਣਾ ਬੜੇ ਮਿੱਠ ਬੋਲੜੇ ਨੇ ਬੜਾ ਚੰਗਾ ਸੁਭਾਅ ਹੈ ਮਾਫ ਕਰਨਾ ਗੁਰੂ ਕੀ ਸੰਗਤ ਅਤੇ ਸੰਤਾਂ ਦੀ ਨਿਸ਼ਾਨੀ ਇਹੀ ਹੈ ਜਿਨ੍ਹਾਂ ਦਰੱਖਤਾਂ 'ਤੇ ਫਲ ਲੱਗਦੇ ਨੇ ਉਹਨਾਂ ਦੀਆਂ ਟਾਹਣੀਆਂ ਝੁਕ ਜਾਇਆ ਕਰਦੀਆਂ ਨੇ ਅਤੇ ਜਿਹੜੇ ਦਰੱਖਤਾਂ 'ਤੇ ਫਲ ਨਹੀਂ ਲੱਗਦੇ ਉਹਨਾਂ ਦੀਆਂ ਟਾਹਣੀਆਂ ਕਦੇ ਝੁਕੀਆਂ ਨਹੀਂ ਕਰਦੀਆਂ ਕਈ ਵਾਰੀ ਵੀ ਰਹਿਣ ਦਿਓ ਇਹ ਤਾਂ ਵਾਧੂ ਹੈ ਜਿਵੇਂ ਨਾਈ ਨਾਈ ਤੂੰ ਸਿਰ ਮਨਾਈ ਲੈਂਦਾ ਧੋਬੀ ਤੂੰ ਕੱਪੜਿਆਂ ਦੀ ਧੁਲਾਈ ਨਹੀਂ ਲੈਂਦਾ ਸਾਧ ਨੇ ਸਾਧ ਤੂੰ ਕੀ ਲੈਣਾ ਦੱਸੋ ਚਲੋ ਤੁਹਾਡੀ ਮਰਜ਼ੀ ਮਾਫ ਕਰਨਾ ਗੁਰੂ ਕੀ ਸੰਗਤ ਇਹਨੇ ਮੈਨੂੰ ਕਈ ਵਾਰੀ ਕਹਿਣਾ ਬਾਬਾ ਜੀ ਉੱਥੇ ਜਾਣਾ ਮੈਂ ਕਿਹਾ ਯਾਰ ਕੀ ਕਰੀਏ ਡੈਰੀ ਨਹੀਂ ਸਾਥ ਦਿੰਦੀ ਡੈਰੀ ਸਾਥ ਨਹੀਂ ਦਿੰਦੀ ਇਸ ਵਾਰੀ ਅਸੀਂ ਪਿੱਛੇ ਜਾ ਕੇ ਥੋੜ੍ਹੇ ਬੈਲਜੀਅਮ ਫਰਾਂਸ ਇਟਲੀ ਵਗੈਰਾ ਅਤੇ ਸਰਦੀ ਉੱਥੇ ਬੜੀ ਸੀ ਇੱਥੇ ਆਏ ਅਤੇ ਮੈਨੂੰ ਕਹਿੰਦਾ ਵੀ ਬਾਬਾ ਜੀ ਐਤਕਾਂ ਉੱਥੇ ਜ਼ਰੂਰ ਜਾਣਾ ਇੱਕ ਸਾਡਾ ਇੱਥੇ ਕੈਸਟਾਂ ਜਾ ਵੇਚਦਾ ਇਹ ਵਿਚਾਰਾ ਜਾ ਕੇ ਸਾਰਾ ਦਿਨ ਹੀ ਬੈਠਾ ਰਿਹਾ ਸਿੰਘਾਂ ਕਿਹਾ ਵੀ ਬਾਬਾ ਜੀ ਆਉਣਗੇ ਕਹਿੰਦਾ ਨਹੀਂ ਮੈਂ ਮਿਲ ਕੇ ਜਾਣਾ ਜਿਵੇਂ ਨਾ ਮਾਫ ਕਰਨਾ ਗੁਰੂ ਕਿਸੇ ਸੰਤਾਂ ਨੂੰ ਲੈਣਾ ਕੋਈ ਖਾਲਾ ਜੀ ਦਾ ਵਾੜ ਹੈ ਜਿਵੇਂ ਮਾਫ ਕਰਨਾ ਮਾਂ ਤੂੰ ਜਿੱਦ ਕਰਕੇ ਬੱਚਾ ਜਿਹੜੀ ਮਰਜ਼ੀ ਚੀਜ਼ ਮੰਗ ਲੈਂਦਾ ਕਈ ਵਾਰੀ ਨਾ ਕੁਲਫੀਆਂ ਲਾ ਜਾਂਦਾ ਪਿੰਡ 'ਚ ਅਤੇ ਬੱਚਾ ਕਹਿੰਦਾ ਕੁਲਫੀ ਖਾਣੀ ਕਹਿੰਦੀ ਮਾਂ ਕਹਿੰਦੀ ਨਹੀਂ ਖਾਣੀ ਦੰਦ ਖਰਾਬ ਹੋ ਜਾਂਦੇ ਨੇ ਉਹ ਕਹਿੰਦਾ ਖਾਣੀ ਹੈ ਉਹ ਕਹਿੰਦੀ ਖਾਣੀ ਉਹ ਥੱਪੜ ਵੀ ਮਾਰਦੀ ਉਹ ਪੁੰਜੇ ਲੇੜਦਾ ਜ਼ਮੀਨ 'ਤੇ ਲੇੜਦਾ ਉਹ ਮਾਈ ਨੇ ਸੋਚਦੀ ਕਹਿੰਦੀ ਮਰ ਜਾਣੇ ਨੇ ਮੁੜਨਾ ਕਿੱਥੇ ਹੈ ਉਹ ਕੁਲਫੀ ਵੀ ਲੈ ਦਿੰਦੀ ਅਤੇ ਉਹ ਬੱਚਾ ਮਾਲ ਵੇਖ ਕੇ ਹੱਸਦਾ ਅਤੇ ਨਾਲ ਅੱਖਾਂ ਹੰਝੂ ਵੀ ਖੇਰਦਾ ਅਤੇ ਮਾਂ ਫਿਰ ਮਾਂ ਵੀ ਵੇਖਦੀ ਹੈ
ਕਹਿੰਦੀ ਵੇ ਜਿਹਦੇ ਦੀ ਇਹਨੇ ਲੈ ਕੀ ਛੱਡੀ ਹੈ। ਅਤੇ ਇਹ ਉੱਥੇ ਵਿਚਾਰਾ ਬੈਠਾ ਰਿਹਾ ਅਤੇ ਮੈਨੂੰ ਕਹਿੰਦਾ ਬਾਬਾ ਜੀ ਉੱਥੇ ਜ਼ਰੂਰ ਜਾਣਾ, ਪਰ ਮੈਂ ਕਿਹਾ ਵੀ ਆਵਾਂਗੇ। ਅੱਜ ਵੀ ਕਹਿੰਦੇ ਵੀ ਆਉਣਾ, ਮੈਂ ਕਿਹਾ ਵੀ ਆਵਾਂਗੇ। ਰਾਤੀ ਸਿੰਘ ਲੱਗੇ ਕਹਿਣ ਬਾਬਾ ਜੀ ਧੁੰਦ ਬੜੀ ਪੈਂਦੀ। ਮੈਂ ਕਿਹਾ ਨਹੀਂ ਹੋਏ, ਪਿਆਰ ਤਾਂ ਜਿਹੜਾ ਹੱਦਾਂ ਨੂੰ ਤੋੜ ਦਿੰਦਾ। ਮਾਫ਼ ਕਰਨਾ ਗੁਰੂ ਕੀ ਸੰਗਤ, ਅਸੀਂ ਇਸ ਵਾਰੀ ਜਾਣਾ ਹੀ ਜਾਣਾ, ਪਰ ਟਾਈਮ ਜ਼ਿਆਦਾ ਲੱਗ ਗਿਆ ਹੋਣਾ। ਪਰ ਜਦੋਂ ਔੜ ਦਾ ਬੱਦਲ ਪੈਂਦਾ ਨਾ, ਤੁਹਾਨੂੰ ਪਤਾ ਹੀ ਹੈ, ਫਿਰ ਸਾਧ ਸੰਗਤ ਜੀ ਉਹ ਫਿਰ ਵੱਟ ਬੰਨਾ ਇੱਕ ਹੀ ਕਰ ਦਿੰਦਾ। ਮੈਂ ਅਰਦਾਸ ਕਰਦਾ ਇਸ ਅਸਥਾਨ ਦੀ ਚੜ੍ਹਦੀ ਕਲਾ ਰਹੇ ਅਤੇ ਬਸ ਬਾਬਾ ਸੰਤ ਬਾਬਾ ਪਰਮਜੀਤ ਸਿੰਘ ਅਰੁਣ ਨੂੰ ਗੁਰੂ ਨਾਨਕ ਪਾਤਸ਼ਾਹ ਲੰਬੀ ਉਮਰ ਬਖਸ਼ਣ ਅਤੇ ਸੇਵਾ ਕਰਨ ਦਾ ਬਲ ਬਖਸ਼ਣ। ਪ੍ਰੇਮੀਓ, ਯੁੱਗ ਕੋਈ ਬਹੁਤਾ ਚੰਗਾ ਨਹੀਂ ਚੱਲ ਰਿਹਾ। ਸੰਤ ਬਾਬਾ ਅਤਰ ਸਿੰਘ ਮਸਤੂਆ ਨੇ ਮਹਾਂਪੁਰਖਾਂ ਨੇ ਆਖਿਆ ਸੀ, ਆਖਿਆ ਸੀ ਉਹ ਸਿੱਖੀ ਉਹਨਾਂ ਦੇ ਘਰਾਂ 'ਚ ਰਹਿ ਜਾਏਗੀ ਜਿਹੜੇ ਮਹਾਂਪੁਰਖਾਂ ਦੀ ਸੰਗਤ ਕਰਿਆ ਕਰਨਗੇ। ਸਾਧ ਸੰਗਤ ਜੀ, ਅੱਜ ਯੁੱਗ ਚੰਗਾ ਨਹੀਂ ਚੱਲ ਰਿਹਾ। ਸੰਤ ਮਾਫ਼ ਕਰਨਾ, ਸੰਤ ਕੀ ਨਿੰਦਾ, ਸੰਤਾਂ ਦੀ ਨਿੰਦਾ ਹੋ ਰਹੀ ਅਤੇ ਸਾਖ ਦੀ ਪੂਜਾ। ਪਰ ਯਾਦ ਰੱਖਣਾ ਸੱਜਣੋ, ਸੰਤ ਦੁਨੀਆ 'ਤੇ ਜਦੋਂ ਤੱਕ ਇਹ ਤਾਂ ਬੜੇ ਕੁਛ ਕਰ ਰਹੇ ਨੇ, ਮਾਫ਼ ਕਰਨਾ। ਸਾਧ ਸੰਗਤ ਜੀ ਕਈ ਕਹਿੰਦੇ ਮਾਫ਼ ਕਰਨਾ ਕਿ ਬਾਲਾ ਤਾਂ ਹੋਇਆ ਹੀ ਨਹੀਂ ਜੀ। ਅਤੇ ਮੈਂ ਕਿਹਾ ਜਿਹੜੀ ਦੱਖਣੀ ਉਕਾਰ 'ਚ ਗੁਰੂ ਨਾਨਕ ਸਾਹਿਬ ਬਾਣੀ ਉਚਾਰਨ ਕੀਤੀ, ਸੁਣ ਬਾਲੇ ਜਾਂ ਪਰਥਰੀ ਕਹਿ ਰਹੇ ਨੇ, ਸਾਰੇ ਕਹਿ ਰਹੇ ਨੇ, ਉਹਦਾ ਤਾਂ ਬਾਣੀ 'ਚ ਜ਼ਿਕਰ ਹੁੰਦਾ। ਕਹਿੰਦੇ ਜੀ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਹੋਇਆ, ਮਰਦਾਨੇ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਬਾਲਾ ਤਾਂ ਹੋਇਆ ਹੀ ਨਹੀਂ। ਮੈਂ ਕਿਹਾ ਵਾਸਤਾ ਤੇਰੇ ਵੱਡਿਆਂ ਦਾ, ਬਾਣੀ ਤਾਂ ਚਾਰ ਪੰਜ ਪਾਤਸ਼ਾਹੀਆਂ ਦੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗੀ। ਇੱਕ ਵਾਰੀ ਕਹਿ ਦੇ ਵੈਰੂ, ਕਿਤੇ ਇਹ ਤੂੰ ਕਹਿ ਦੇ ਵੀ ਇਹ ਵੀ ਨਾ ਕਹਿ ਦੇ, ਕਿਤੇ ਤੇਰੀ ਸੜ ਜੇ ਜ਼ਬਾਨ ਅਤੇ ਪੈ ਜਾਣ ਕੀੜੇ, ਕਿਤੇ ਨਾ ਕਹਿ ਦੇ ਵੀ ਚਾਰ ਪਾਤਸ਼ਾਹੀਆਂ ਤਾਂ ਹੋਈਆਂ ਹੀ ਨਹੀਂ। ਸੱਜਣੋ, ਮਾਫ਼ ਕਰਨਾ ਗੁਰੂ ਕੀ ਸੰਗਤ, ਇਹ ਲੋਕ ਆ ਮਨ ਘੜੰਤ ਗੱਲਾਂ ਜੀ, ਦਸਮ ਗ੍ਰੰਥ ਦੀ ਬਾਣੀ ਜੀ, ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ। ਮਾਫ਼ ਕਰਨਾ, ਮੈਨੂੰ ਬੰਬਈ ਜਾਣ ਦਾ ਮੌਕਾ ਮਿਲਿਆ, ਜਾਂਦੇ ਰਹਿੰਦੇ, ਮੈਨੂੰ ਕਹਿਣ ਲੱਗੇ ਬਾਬਾ ਜੀ ਇੱਥੇ ਵਾਦ ਬੜਾ। ਮੈਂ ਕਿਹਾ ਕਾਹਦਾ? ਕਹਿੰਦੇ ਦਸਮ ਗ੍ਰੰਥ ਦੀ ਗੱਲ ਨਾ ਕਰਿਓ। ਮੈਂ ਕਿਹਾ ਹੋਰ ਅਸੀਂ ਇੱਥੇ ਗੰਢੇ ਗੋਡਣ ਆਏ ਹਾਂ, ਹੈਂਜੀ ਅਸੀਂ ਇੱਥੇ ਗੰਢੇ ਗੋਡਣ ਆਏ ਹਾਂ। ਮੈਂ ਕਿਹਾ ਕੀਰਤਨ ਹੋਇਆ ਸ਼ੁਰੂ, ਮੈਂ ਕਿਹਾ ਕੰਨ ਖੋਲ੍ਹ ਕੇ ਸੁਣ ਲਓ, ਮੈਨੂੰ ਘੱਟੋ ਘੱਟ ਇਹ ਤਾਂ ਦੱਸ ਦਿਓ ਤੁਸੀਂ ਅਰਦਾਸ ਕਿੱਥੋਂ ਕਰਿਆ ਕਰੋਗੇ। ਅਰਦਾਸ ਦੀ ਪਹਿਲੀ ਪੌੜੀ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਇਹ ਦਸਮ ਗ੍ਰੰਥ ਦੇ ਵਿੱਚ ਚੰਡੀ ਦੀ ਵਾਰ ਦੀ, ਮਾਫ਼ ਕਰਨਾ ਚੰਡੀ ਦੀ ਵਾਰ ਹੈ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ। ਅਤੇ ਦੂਜੇ ਨੰਬਰ 'ਤੇ ਰਹੀ ਗੱਲ ਮਾਫ਼ ਕਰਨਾ, ਅੰਮ੍ਰਿਤ ਵਿੱਚ ਕਿਹੜੀਆਂ ਬਾਣੀਆਂ ਲਾਇਆ ਕਰੋਗੇ, ਮਾਫ਼ ਕਰਨਾ ਕਿਹੜੀਆਂ ਪੜਿਆ ਕਰੋਗੇ। ਪੰਜਾਂ ਬਾਣੀਆਂ ਦੇ ਵਿੱਚ ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਅਤੇ ਤਿੰਨ ਬਾਣੀਆਂ ਜਾਪ ਸਾਹਿਬ ਦੀਆਂ ਪੜ੍ਹੀਆਂ ਜਾਂਦੀਆਂ ਨੇ। ਮਾਫ਼ ਕਰਨਾ ਗੁਰੂ ਕੀ ਸੰਗਤ, ਬੜੇ ਅਫਸੋਸ ਨਾਲ ਕਹਿਣਾ ਪੈਂਦਾ। ਅੱਗੇ ਤਾਂ ਕਹਿੰਦੇ ਸਨ ਜੇ ਵਕਤਰੋਂ ਸੇ ਸਾਵਧਾਨ, ਬੱਸ ਸਟੈਂਡਾਂ 'ਤੇ ਲਿਖਿਆ ਹੁੰਦਾ ਜੀ ਬਾਬਾ ਜੀ, ਬੱਸ ਸਟੈਂਡਾਂ 'ਤੇ ਲਿਖਿਆ ਹੋਣਾ, ਹੋਰ ਵੀ ਕਿਤੇ ਮੇਲਿਆਂ 'ਚ ਲਿਖਿਆ ਹੋਣਾ ਵੀ ਜੇਬ ਕਤਰੋਂ ਸੇ ਸਾਵਧਾਨ, ਉਹਨਾਂ ਸਿੱਖੀ ਦੇ ਕਾਤਲਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇੱਕ ਵਾਰੀ ਕਹਿੰਦੇ ਵਾਹਿਗੁਰੂ, ਮਹਾਂਪੁਰਖਾਂ ਦੀ ਕਰੋ ਸੰਗਤ, ਮਾਫ਼ ਕਰਨਾ ਗੁਰੂ ਕੀ ਸੰਗਤ। ਕਹਿੰਦੇ ਸੰਤਾਂ ਨੂੰ ਨਾ ਮੰਨੋ, ਵਾਹ ਬੜਾ ਸੌਖਾ ਜਿਹਾ ਤਰੀਕਾ ਮਾਫ਼ ਕਰਨਾ ਸਿੱਖੀ ਨੂੰ ਢਾਲ ਲਾਉਣ ਦਾ। ਹੈਂ, ਜੇ ਗੁਰਦੁਆਰੇ ਬਣਾਏ ਤੇ ਤੁਸੀਂ ਬੋਲਦੇ ਕਿਉਂ ਨਹੀਂ? ਹੈਂ, ਗੁਰਦੁਆਰੇ ਬਣਾਏ ਤੇ ਸੰਤਾਂ ਨੇ, ਅਤੇ ਜੇ ਲੰਗਰ ਲਾਏ ਤੇ, ਜੇ ਪ੍ਰਚਾਰ ਕੀਤਾ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਨੇ ਇੱਕ ਇੱਕ ਦਿਨ ਦੇ ਵਿੱਚ 10-10 ਹਜ਼ਾਰ ਬੰਦੇ ਨੂੰ ਅੰਮ੍ਰਿਤ ਛਕਾਇਆ, ਮਾਫ਼ ਕਰਨਾ ਤੁਸੀਂ ਭੁਲਾ ਦਿਓਗੇ, ਅੱਖਾਂ ਤੋਂ ਉਹਲੇ ਕਰ ਦਿਓਗੇ? ਮਾਫ਼ ਕਰਨਾ ਗੁਰੂ ਕੀ ਸੰਗਤ, ਸਤਿਗੁਰੂ ਗੁਰੂ ਕਰਨ ਕਿਰਪਾ, ਗੁਰੂ ਨਾਨਕ ਪਾਤਸ਼ਾਹ ਜੀ ਮਾਫ਼ ਕਰਨਾ, ਮਾਫ਼ ਕਰਨਾ ਗੁਰੂ ਪਿਆਰਿਓ, ਮਹਾਂਪੁਰਖਾਂ ਦੀ ਕਰਿਆ ਕਰੋ ਸੰਗਤ, ਉਹਨਾਂ ਦੀ ਜਿਹੜੇ ਬਾਣੀ ਨਾਲ ਤੁਹਾਨੂੰ ਜੋੜਦੇ ਨੇ। ਕਈ ਕਹਿੰਦੇ ਜੀ ਸੰਤ ਤਾਂ ਆਪਣੇ ਨਾਲ ਜੋੜਦੇ ਨੇ, ਮੇਰੇ ਗੋਡਿਆਂ ਨਾਲ ਜੁੜ ਜਾਓ, ਤੂੰ ਬੜੇ ਦੋਸਤ ਨੇ ਅੱਗੇ ਆ ਕਿਹਦੇ, ਸੰਤਾਂ ਦੇ ਗੋਡਿਆਂ ਨਾਲ ਜੁੜੋਗੇ ਤੁਸੀਂ, ਕਿਹਦੇ ਨਾਲ ਜੁੜੋਗੇ, ਜਾਂ ਸੰਤਾਂ ਦੀ ਨੱਕ ਨਾਲ ਜੁੜੋਗੇ? ਹੈਂ, ਆ ਸੰਤ ਤੁਹਾਨੂੰ ਉਹਨਾਂ ਵਚਨਾਂ ਨਾਲ ਜੋੜਦੇ ਨੇ ਜਿਹੜੀ ਬਾਣੀ ਕਹਿੰਦੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲਣਾ ਕਬੂ ਡੋਲਾ। ਸੱਜਣੋ, ਗੱਲਾਂ ਤਾਂ ਬਹੁਤ ਕਰਨ ਵਾਲੀਆਂ ਨੇ। ਕਈ ਕਹਿੰਦਾ ਜੀ ਇਹ ਨਹੀਂ ਅਸ਼ਲੀਲ ਬਾਣੀ, ਮੈਂ ਉਹ ਬਾਣੀ ਵੀ ਅਸ਼ਲੀਲ ਹੁੰਦੀ ਹੈ। ਇੱਕ ਵਾਰੀ ਕਹਿ ਰਹੇ ਵਹਿਰੂ ਕਿ ਮੈਂ ਅਸ਼ਲੀਲ ਬਾਣੀ ਵੀ ਐਸੀ ਹੁੰਦੀ ਹੈ,
ਖੈਰ ਅਸੀਂ ਜਦੋਂ ਕੋਈ ਗੱਲ ਬਾਬਾ ਜੀ ਕਰਦੇ ਹਾਂ ਕੌਮਾਂ ਇਨਵਰਟਡ ਕੌਮਾਂ ਨਹੀਂ ਲਾਉਂਦੇ ਜਿਵੇਂ ਸਕੂਲਾਂ 'ਚ ਪੜ੍ਹਦੇ ਨੇ ਬੱਚੇ ਅਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਬੀਬੀਆਂ ਭੈਣਾਂ ਬੈਠੀਆਂ ਨੇ ਉਹ ਕਹਿੰਦੇ ਨੇ ਦਸਵੇਂ ਪਾਤਸ਼ਾਹ ਨੇ ਬੜੀ ਸ਼ਲੀਲ ਬਾਣੀ ਲਿਖੀ ਹੈ ਮੈਂ ਸ਼ਲੀਲ ਤਾਂ ਬਾਣੀ ਹੈ ਹੀ ਤੁਹਾਡੇ ਸਮਾ ਗਲੀ ਗੁਆਂਢ 'ਚ ਤੁਹਾਡੇ ਮੁਹੱਲੇ 'ਚ ਇੱਕ ਵਾਰੀ ਕਹਿ ਦਿਓ ਵਹਿਰੂ ਤੁਹਾਡੇ ਪਿੰਡ 'ਚ ਕਿਸੇ ਦੀ ਧੀ ਭੈਣ ਕੁਰਾਹੇ ਪੈ ਜੇ ਵੱਧ ਉਹਨੂੰ ਕੀ ਕਹੋਗੇ ਤੁਸੀਂ ਉਹਦਾ ਕਰੈਕਟਰ ਨਾ ਠੀਕ ਰਹੇ ਕੀ ਕਹੋਗੇ ਵੱਧ ਚੱਲ ਨਹੀਂ ਕਹੋਗੇ ਨਾ ਉਹ ਤੁਸੀਂ ਬੋਲਦੇ ਕਿਉਂ ਨਹੀਂ ਮੇ ਇਹ ਮੇਰਾ ਮਤਲਬ ਕਿ ਮੈਂ ਗਲਤ ਬੋਲਿਆ ਹੈ ਕੀ ਕਹੋਗੇ ਵੱਧ ਚੱਲ ਨਹੀਂ ਨਾ ਕਹੋਗੇ ਉਹ ਦਸਵੇਂ ਪਾਤਸ਼ਾਹ ਨੇ ਉਹਨਾਂ ਵੱਧ ਚੱਲਣ ਔਰਤਾਂ ਦਾ ਮਾਫ਼ ਕਰਨਾ ਜ਼ਿਕਰ ਕੀਤਾ ਮਾਫ਼ ਕਰਨਾ ਜਿਹੜੀਆਂ ਅਸੂਲਾਂ ਤੋਂ ਗਿਰ ਚੁੱਕੀਆਂ ਸਨ ਉਹ ਦਸਵੇਂ ਪਾਤਸ਼ਾਹ ਸਿੱਖਾਂ ਪੁੱਛੇ ਬੀਬੀਆਂ ਬੇਨਤੀ ਕੀਤੀ ਮਹਾਰਾਜ ਸਾਨੂੰ ਕੋਈ ਮੰਦਰਾਂ 'ਚ ਨਹੀਂ ਜਾਣਦਾ ਕੋਈ ਇਸਲਾਮੀ ਮਾਦ ਦੇ ਲੋਕ ਮਸਜਿਦਾਂ 'ਚ ਨਹੀਂ ਜਾਣਦਾ ਸਾਨੂੰ ਕੋਈ ਕਿਸੇ ਪਾਸੇ ਨਹੀਂ ਜਾਣ ਹਰ ਪਾਸੇ ਸਾਡੇ 'ਤੇ ਪਾਬੰਦੀ ਦਸਵੇਂ ਪਾਤਸ਼ਾਹ ਨੇ ਆਖਿਆ ਸੀ ਬੀਬੀਓ ਮੈਂ ਤਾਂ ਆਇਆ ਹੀ ਤੁਹਾਡੇ ਵਾਸਤੇ ਹਾਂ ਮੈਂ ਤਾਂ ਆਇਆ ਹੀ ਤੁਹਾਡੇ ਵਾਸਤੇ ਹਾਂ ਤੁਸੀਂ ਅਮਰ ਛਕੋ ਗੁਰੂ ਵਾਲੇ ਬਣੋ ਗੁਰੂ ਚਰਨਾਂ ਨਾਲ ਜੁੜੋ ਅੱਜ ਦੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਬੀਬੀਆਂ ਦਾ ਮਾਫ਼ ਕਰਨ ਹੱਕ ਬੰਦਿਆਂ ਦੇ ਸਮਾਨ ਹੈ ਉਹ ਤੁਹਾਨੂੰ ਹੱਕ ਸਮਾਨ ਤਾਂ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਬੀਬੀਆਂ ਨੂੰ ਦਿੱਤਾ ਸੀ ਮਾਫ਼ ਕਰਨਾ ਜੇ ਭਾਈਆਂ ਨੂੰ ਕਿਹਾ ਕਿਹਾ ਅਮਰ ਦੀ ਦਾਦ ਦੇ ਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੜ੍ਹਦੇ ਹੁੰਦੇ ਬੱਚੇ ਸਕੂਲਾਂ 'ਚ ਲਿੰਗ ਪਲਿੰਗ ਇਸਤਰੀ ਲਿੰਗ ਕੋਈ ਪੜ੍ਹਿਆ ਇਸ ਕਹਿੰਦੇ ਮੁੰਡਾ ਕੁੜੀ ਬੰਦਾ ਜਨਾਨੀ ਜਾਂ ਔਰਤ ਮਾਫ਼ ਕਰਨਾ ਭੈਣ ਅਤੇ ਭਰਾ ਉਹ ਧਨ ਕਲਗੀਆਂ ਵਾਲਾ ਹੋਏ ਜਿਹਨੇ ਇਸਤਰੀ ਲਿੰਗ ਪਲਿੰਗ ਨੂੰ ਛੱਡ ਕੇ ਉਹ ਇਸਤਰੀ ਅਤੇ ਮਰਦ ਦਾ ਭਿੰਨ ਭੇਦ ਮਿਟਾ ਕੇ ਰੱਖ ਦਿੱਤਾ ਕਿਤੇ ਅੰਮ੍ਰਿਤ ਛਕਾਉਣ ਸਮੇਂ ਜਿਹੜਾ ਕਿਹਾ ਜਾਂਦਾ ਸਿੰਘਾਂ ਨੂੰ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਥੇ ਬੀਬੀਆਂ ਨੂੰ ਥੋੜ੍ਹਾ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕੀ ਖਾਲਸੀ ਮਾਫ਼ ਕਰਨਾ ਉੱਥੇ ਬੀਬੀਆਂ ਨੂੰ ਵੀ ਖਾਲਸੇ ਦਾ ਖਿਤਾਬ ਪਰ ਜਿੱਥੇ ਜਦੋਂ ਮਾਫ਼ ਕਰਨਾ ਸੱਜਣਾ ਜੇ ਬੀਬੀਆਂ ਨੂੰ ਖਾਲਸੇ ਦਾ ਖਿਤਾਬ ਬਖਸ਼ਿਆ ਨਾ ਔਰ ਜਦੋਂ ਮਰਦਾਂ ਵਿੱਚ ਮਰਦਾਂ ਵਾਲੇ ਗੁਣ ਖਤਮ ਹੋ ਗਏ ਜਦੋਂ ਮਰਦਾਂ ਵਿੱਚ ਮਰਦਾਂ ਵਾਲੇ ਗੁਣ ਖਤਮ ਹੋ ਗਏ ਸਿੱਖ ਬਤਾਵੇ ਲਿਖ ਕੇ ਦੇ ਕੇ ਚਲੇ ਗਏ ਉਹ ਜੰਗ ਦੇ ਮੈਦਾਨ 'ਚ ਨਿੱਤਰੀ ਸੀ ਇੱਕ ਮਾਝ ਦੀ ਮਾਂ ਇੱਕ ਮਾਝ ਦੀ ਭੈਣ ਬੀਬੀ ਭਾਗੋ ਮਾਫ਼ ਕਰਨਾ ਤੂੰ ਚੰਡੀ ਗੋਬਿੰਦ ਸਿੰਘ ਦੀ ਝਾਂਸੀ ਦੀ ਰਾਣੀ ਤੂੰ ਐਸੀ ਮਾਰ ਮਾਰ ਦੇ ਮੁੜ ਮੰਗੇ ਨਾ ਪਾਣੀ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਅਤੇ ਧੰਨ ਇਹਨਾਂ ਮਹਾਂਪੁਰਸ਼ ਇਹ ਧੰਨ ਮਹਾਂਪੁਰਸ਼ ਬਾਬਾ ਸੰਤ ਬਾਬਾ ਅਜੀਤ ਸਿੰਘ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਅਤੇ ਨਾਲੇ ਪਰਉਪਕਾਰ ਦੇ ਕੰਮ ਵੀ ਐਡੇ ਐਡੇ ਵੱਡੇ ਕੀਤੇ ਮੈਨੂੰ ਅੱਜ ਦੱਸ ਰਿਹਾ ਸੀ ਮਾਫ਼ ਕਰਨਾ ਕਿਸੇ ਕੀ ਸਾਧ ਸੰਗਤ ਜੀ ਅੱਜ ਵੀ ਇੱਥੋਂ ਵੀ ਲੰਗਰ ਤਿਆਰ ਹੋ ਕੇ ਜਾ ਕੇ PGI ਜਾਂਦੇ ਨੇ ਪਰ ਕਰਕੇ ਤਾਂ ਦੱਸੇ ਇੱਕ ਵਾਰੀ ਕਹਿ ਦਿਓ ਵਹਿਰੂ ਇੱਕ ਵਾਰੀ ਫਿਰ ਕਹਿ ਦਿਓ ਵਹਿਰੂ ਇੱਕ ਵਾਰੀ ਫਿਰ ਕਹਿ ਦਿਓ ਵਹਿਰੂ ਜੇ ਲੰਗਰ ਲਾਏ ਤਾਂ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਇੱਥੇ ਦੇ ਗੋਲ ਕੇ ਪੈਸਾ ਨਹੀਂ ਹੈਗਾ ਜੀ ਸਲਿੱਪ ਕੱਟੋ ਜੀ ਪਲਾਣਾ ਕਰੋ ਜੀ ਚਿੱਟ ਕਰੋ ਜੀ ਪਰ ਸੰਤਾਂ ਦੀ ਕਹਾਣੀ ਤਾਂ ਜੀ ਗੋਲ ਮੋਲ ਅਤੇ ਰੱਬ ਕੋਲ ਗੋਲ ਮੋਲ ਰੱਬ ਕੋਲ ਬਾਬਾ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਸੰਤ ਬਾਬਾ ਪਰਮਜੀਤ ਸਿੰਘ ਜੀ ਟਰਾਈ ਮਾਈ ਬੈਸਟ ਇਨ ਫਿਊਚਰ ਕੋਈ ਪ੍ਰੋਮ ਆਏਗਾ ਦਾਸ ਜ਼ਰੂਰ ਆਵੇਗਾ ਮਾਫ਼ ਕਰਨਾ ਗੁਰੂ ਕੀ ਸੰਗਤ ਇੰਨੇ ਹੀ ਸ਼ਬਦ ਪ੍ਰਵਾਨ ਕਰੋ ਹੋਈਆਂ ਭੁੱਲਾਂ ਦੀ ਮਾਫ਼ੀ ਫਿਰ ਕਿਤੇ ਸਮਾਂ ਬਣਿਆ ਆਪ ਜੀ ਦੇ ਕਰਾਂਗੇ ਦਰਸ਼ਨ ਅਤੇ ਸਾਧ ਸੰਗਤ ਜੀ ਮੈਂ ਤਾਂ ਦੇਖ ਰਿਹਾ ਇਸ ਇਲਾਕੇ ਜਿੰਨੀ ਸੰਗਤ ਬਾਬਾ ਜੀ ਆਈ ਹੈ ਇਹਨਾਂ 'ਚ ਕੋਈ ਐਸਾ ਬੰਦਾ ਨਹੀਂ ਹੋਣਾ ਕਿ ਜਿਹਨੇ ਕੀਰਤਨ ਨਹੀਂ ਸਾਧ ਸੰਗਤ ਜੀ ਸੁਣਿਆ ਹੋਣਾ ਚੜ੍ਹਦੀ ਕਲਾ ਰਹਿੰਦੀ ਜਿਹੜੇ ਬੰਦੇ ਨਾਮ ਜਪਦੇ ਨੇ ਉਹਦੀ ਕਦੀ ਢੈਂਦੀ ਕਲਾ ਨਹੀਂ ਹੋ ਸਕਦੀ ਪਾਤਸ਼ਾਹ ਨੇ ਕਿਹਾ ਨਾਨਕ ਨਾਮ ਕਿਤੇ ਢੈਂਦੀ ਕਲਾ ਵੀ ਕਿਹਾ ਕਿਤੇ ਢੈਂਦੀ ਕਲਾ ਵੀ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਾਫ਼ ਕਰਨਾ ਜਿਹਦਾ ਗੁਰੂ ਸਰਬਨਾਥ ਦਾ ਸਰਬੱਤ ਦਾ ਭਲਾ ਮੰਗੇ ਜਿਹਦਾ ਗੁਰੂ ਸਰਬੱਤ ਦਾ ਭਲਾ ਮੰਗੇ ਉਹਦਾ ਸਿੱਖ ਗਦਾਰ ਨਹੀਂ ਹੋ ਸਕਦਾ ਘਰ ਗੁਰੂ ਕੀ ਸੰਗਤ ਇਹਨਾਂ ਸ਼ਬਦ ਪ੍ਰਵਾਨ ਕਰੋ ਉਹਨਾਂ ਭੁੱਲਾਂ ਦੀ ਮਾਫ਼ੀ ਕੋਈ ਬੋਲਣ ਦਾ ਸੁਭਾਅ ਹੀ ਬੜਾ ਇਹ ਪੱਕ ਹੀ ਗਿਆ ਪੱਕੀਆਂ ਆਦਤਾਂ ਛੱਡਣੀਆਂ ਬੜੀਆਂ ਔਖੀਆਂ ਨੇ ਸ਼ਰਾਬੀ ਨੂੰ ਸ਼ਰਾਬ ਛਡਾਈਏ ਮਰ ਜਾਏਗਾ ਭਾਵੇਂ BP ਹਾਈ ਹੋਵੇ ਸ਼ੂਗਰ ਹੋਵੇ ਡਾਕਟਰ ਕਹਿੰਦਾ ਮਰ ਜਾਏਗਾ ਪਰ ਛੱਡਾਂਗਾ ਜੀ ਨਹੀਂ ਛੱਡਿਆ ਜਾਂਦਾ ਜੀ ਚੋਰ ਦਾ ਚੋਰੀ ਦਾ ਸੁਭਾਅ ਠੱਗ ਦਾ ਠੱਗੀ ਦਾ ਸੁਭਾਅ
ਸਾਡਾ ਸੁਭਾਅ ਹੀ ਵੀ ਐਸਾ ਬਣ ਗਿਆ ਸਤਸੰਗ ਜੀ ਗੁਰੂ ਦੀ ਗੱਲ ਕਰਨੀ ਅਤੇ ਗੁਰੂ ਦੀ ਗੱਲ ਸੁਣਨੀ ਕੋਈ ਕਰੀ ਜਾ ਤਾਂ ਮੈਂ ਸੁਣੀ ਜਾਵਾਂ ਮਾਫ ਕਰਨ ਇਹੀ ਤਾਂ ਨਿਸ਼ਾਨੀਆਂ ਨੇ ਕੋਈ ਕਰੇ ਤਦ ਸੁਣੋ ਪਰ ਗੱਲ ਗੁਰੂ ਦੀ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉਂ ਚੱਲ ਗੁਰਚਾਲੀ ਸਤਿਗੁਰੂ ਦਇਆ ਕਰੇ ਹਮ ਲਾਵੈ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰਚਾਲੀ ਮਾਫ ਕਰਨਾ ਬੁਲਾਓ ਜੀ ਫਤਿਹ ਫਤਿਹ ਦਾ ਜਵਾਬ ਜਿਹੜਾ ਫਤਿਹ ਦੇਣਾ ਪਤਾ ਲੱਗੇ ਕਿ ਤੁਸੀਂ ਸੰਤ ਮਹਾਰਾਜ ਸੰਤ ਬਾਬਾ ਅਜੀਤ ਸਿੰਘ ਉਹਨਾਂ ਦੀ ਪਾਵਨ ਪਿੱਤਰੀ ਯਾਦ 'ਚ ਬੈਠੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਠਿਆਈ ਤਾਂ ਲੈ ਜਾਂਦੇ ਹਾਂ ਅਤੇ ਮਾਲ ਤਾਂ ਰੱਖ ਲਓ ਬਾਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮਾਮ ਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਆਪ ਜੀ ਨਾਲ ਬੜੇ ਬੁੱਲੇ ਪ੍ਰਵਚਨ ਸਾਂਝੇ ਕਰ ਰਹੇ ਸੀ ਮੈਨੂੰ ਪਹਿਲਾਂ ਇਹਨਾਂ ਨੇ ਇਸ਼ਾਰਾ ਤਾਂ ਕੀਤਾ ਸੀਗਾ ਵੀ ਇੱਕ ਘੰਟਾ ਹੀ ਲਾਵਾਂਗੇ ਪਰੰਤੂ ਮਹਾਂਪੁਰਸ਼ਾਂ ਨੇ ਐਸੀ ਕਿਰਪਾ ਵਰਤਾਈ ਵੀ ਦੋ ਘੰਟੇ ਤੋਂ ਵੀ ਉੱਪਰ ਸਮਾਂ ਹੋ ਗਿਆ ਔਰ ਬਹੁਤ ਹੀ ਬੜਮੁੱਲੇ ਪ੍ਰਵਚਨਾਂ ਨਾਲ ਇਹਨਾਂ ਨੇ ਸੰਤ ਮਹਾਰਾਜ ਜੀ ਨੂੰ ਆਪਣੀ ਸਤਿਕਾਰ ਜਿਹੜਾ ਉਹ ਭੇਟ ਕੀਤਾ ਸਾਡੇ ਇਸ ਸਥਾਨ ਵੱਲੋਂ ਇਸ ਡੇਰੇ ਵੱਲੋਂ ਬਾਬਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਵਾਸਤੇ ਇਹਨਾਂ ਦੀ ਜਿਹੜੀ ਹਾਜ਼ਰੀ ਆ ਉਹ ਬਹੁਤ ਬੜਮੁੱਲੀ ਹੈ ਅਸੀਂ ਸ਼ਬਦਾਂ ਨਾਲ ਇਹਨਾਂ ਦਾ ਧੰਨਵਾਦ ਨਹੀਂ ਕਰ ਸਕਦੇ ਅਤੇ ਇਹ ਪ੍ਰਵਾਨ ਕਰਨ ਸਾਡਾ ਜਿਹੜਾ ਸਤਿਕਾਰ ਹੈ ਬਾਬਾ ਜੀ ਕੀ ਵੰਡਿਆ ਠੀਕ ਹੈ ਜੀ ਆਪਾਂ ਨਹੀਂ ਕੋਈ ਵੰਡਿਆ ਹੈਗਾ ਠੀਕ ਹੈ ਜੀ ਮਹਾਰਾਜ ਨਾ 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 ਆਪਾਂ ਕੀ ਵੰਡਿਆ ਅਤੇ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਅੱਗੇ ਸੰਤ ਬਾਬਾ ਅਮਰੀਕ ਸਿੰਘ ਜੀ ਬੋਰਡ ਪ੍ਰਜਨੇੜੀਆਂ ਵਾਲੇ ਉਹ ਆਪ ਜੀ ਨੂੰ ਰਹਿੰਦੇ ਸਮੇਂ ਲਈ ਜਿਹੜਾ ਕੀਰਤਨ ਦੁਆਰਾ ਨਿਆਲ ਕਰਨਗੇ ਹਾਂ ਜੀ ਸੰਗਤ ਨੂੰ ਬੇਨਤੀ ਹੈ ਵੀ ਉਹ ਸਜੀ ਰਹੇ ਜਿਸ ਤਰ੍ਹਾਂ ਆਪ ਜੀ ਕੋਈ ਨਹੀਂ ਬੋਲਿਆ ਜਿਹੜਾ ਆਪਾਂ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਅਕਾਲ ਪੁਰਖ ਦੇ ਰੰਗ ਵਿੱਚ ਰੰਗੇ ਹੋਏ ਸੀ ਇਸ ਤਰ੍ਹਾਂ ਹੀ ਸਜੇ ਰਹੋ ਤਾਂ ਬਹੁਤ ਆਪ ਜੀ ਦਾ ਧੰਨਵਾਦ ਹੋਵੇਗਾ ਕਿਉਂਕਿ ਆਜੋ ਆਜੋ ਛੱਡਿਓ ਨਹੀਂ ਜਸਕਰ ਨੂੰ ਭੇਜ ਦਿਓ ਹਾਂ ਉਹ ਦੱਸ ਆਪਾਂ ਜਿਸ ਤਰ੍ਹਾਂ ਬਾਬਾ ਜੀ ਹਰ ਸਾਲ ਨਵੇਂ ਸਾਲ ਦੇ 31 ਦਸੰਬਰ ਨੂੰ ਹਰ ਸਾਲ ਜਿਹੜਾ 12:30 ਵਜੇ ਤੱਕ ਇਸ ਤਰ੍ਹਾਂ ਹੀ ਦੀਵਾਨ ਸਜਾਇਆ ਕਰਦੇ ਸੀਗੇ 12:30 ਵਜੇ ਤੱਕ ਉਹਨਾਂ ਦੀ ਜਿਹੜੀ ਕੁੰਡੀ ਹੈ ਉਹ ਦਰਬਾਰ ਉਹਨਾਂ ਦਾ ਖੁੱਲ੍ਹਾ ਰਹਿੰਦਾ ਸੀ ਸੰਗਤਾਂ ਵਾਸਤੇ ਅੱਜ ਵੀ ਆਪਾਂ ਉਸੇ ਤਰ੍ਹਾਂ 12:30 ਵਜੇ ਤੱਕ ਜਿਹੜਾ ਆਪਣਾ ਇਹ ਦੀਵਾਨ ਚਲਾਉਣਾ ਸੰਗਤ ਨੂੰ ਬੇਨਤੀ ਹੈ ਵੀ ਉਹ ਕਿਰਪਾ ਕਰਕੇ ਜਿੱਥੇ ਵੀ ਸਜੇ ਹੋਏ ਨੇ ਉਹ ਉਸੇ ਤਰ੍ਹਾਂ ਸਜੇ ਰਹਿਣ ਆਪ ਜੀ ਨੂੰ ਜਿਹੜੇ ਹੋਰ ਮਹਾਂਪੁਰਸ਼ ਨੇ ਉਹਨਾਂ ਨੇ ਵੀ ਬਹੁਤ ਬੜਬੁੱਲੇ ਪ੍ਰਵਚਨਾਂ ਰਾਹੀਂ ਨਿਹਾਲ ਕਰਨਾ ਹੁਣੇ ਥੋੜ੍ਹੇ ਚਿਰ ਆਪ ਜੀ ਕੋ ਭਾਈ ਅਮਰੀਕ ਸਿੰਘ ਜੀ ਬੋਰਡ ਪ੍ਰਜਨੇੜੀਆਂ ਵਾਲੇ ਉਹ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਥੋੜ੍ਹਾ ਸਮਾਂ ਬਾਬਾ ਜੀ ਉਹਨਾਂ ਨੂੰ ਵਿਦਾਇਗੀ ਦੇ ਵਿੱਚ ਜਿਹੜਾ ਉਹ ਲੱਗਣਾ ਉਸ ਉਪਰੰਤ ਮੈਂ ਕਾਕਾ ਜਸ ਕਰਨ ਨੂੰ ਬੇਨਤੀ ਕਰੂੰਗਾ ਵੀ ਉਹ ਜਿਹੜਾ ਹੈਗਾ ਆ ਕੇ ਇੱਥੇ ਸਾਜ ਪਏ ਨੇ ਹਾਂ ਆ ਜਾਓ ਛੇਤੀ ਹਾਂਜੀ ਹੈਲੋ ਹਾਂਜੀ ਬਾਬਾ ਜੀ ਰਾਜਪੁਰੇ ਵਾਲੇ ਉਹ ਵੀ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਨੇ ਉਹਨਾਂ ਦਾ ਜਿਹੜਾ ਹੈ ਸਨਮਾਨ ਗਰੇਵਾਲ ਸਾਹਿਬ ਜੀ ਕਰਨਗੇ ਬਹੁਤ ਬਹੁਤ ਧੰਨਵਾਦ ਹੈ ਜੀ ਬਾਬਾ ਜੀ ਦਾ ਉਹਨਾਂ ਨੇ ਸਾਨੂੰ ਆਪਣੀ ਹਾਜ਼ਰੀ ਨਾਲ ਨਿਵਾਜਿਆ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ ਆ ਜਾਓ ਗਰੇਵਾਲ ਸਾਹਿਬ ਜੀ ਆ